ਅੱਜ ਕੱਲ੍ਹ ਚੱਲਦੀਆਂ ਟੋਂਟ ਜੀ ਵੀ ਆ ਗਿਆ ਸਾਡਾ ਸਟਾਰ ਸਾਹਿਬ ਤੇਰਾ ਗੀਤ ਨਹੀਂ ਚੱਲਦਾ ਜੇ ਤੂੰ ਕਹੇ ਵੀ ਤੇਰਾ ਗੀਤ ਤੂੰ ਐਵੇਂ ਟੱਕਰਾਂ ਵਾਰੀ ਜਾਂਦਾ ਮਤਲਬ ਮਾਨਸਾ ਤੋਂ ਨਿਕਲ ਗਏ ਚੰਡੀਗੜ੍ਹ ਵੱਗ ਗਏ ਚੰਡੀਗੜ੍ਹ ਤੋਂ ਲੁਧਿਆਣੇ ਵੱਗ ਗਏ ਮਾਨਸਾ ਫਿਰ ਆ ਗਏ ਫਿਰ ਚੰਡੀਗੜ੍ਹ ਵੱਗ ਗਏ ਠੀਕ ਹੈ ਅੱਛਾ ਰਿਆਜ਼ ਵਗੈਰਾ ਕੁਝ ਚੱਲਦਾ ਸਰ ਰਿਆਜ਼ ਕਦੇ ਕਦੇ ਕਰ ਲਈਦਾ ਬਾਕੀ ਸਾਨੂੰ ਪਤਾ ਹੀ ਹੈ ਹੁਣ ਕੈਨੇਡਾ ਜਾਂਦੇ ਆ ਲੋਕ ਕਿਸੇ ਦਾ ਜਾਣੂ ਸਰ ਜੀ ਨਹੀਂ ਕਰਦਾ ਉੱਥੇ ਕਿਸੇ ਦਾ ਦਿਹਾੜੀ ਕਰਨ ਨੂੰ ਜੀ ਨਹੀਂ ਕਰਦਾ ਪਰ ਸਰ ਜੋ ਆਹ ਹਾਲਾਤ ਹੋ ਰਹੇ ਨੇਗੇ ਸਰ ਤਾਂ ਭੇਜ ਦੇਣਗੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਪੋਡਕਾਸਟ ਇੱਕ ਹੋਰ ਨਵਾਂ ਸਿੰਗਰ ਗਾਇਕ ਉੱਭਰ ਰਿਹਾ ਗਾਇਕ ਨਵੀਂ ਉਮਰ ਦਾ ਗਾਇਕ ਪਿਊਸ਼ ਮਾਨਸਾ ਸੋ ਸਾਡੇ ਸਟੂਡੀਓ ਦੇ ਵਿੱਚ ਅਸੀਂ ਡਬਿੰਗ ਕਰਕੇ ਹਟੇ ਹਾਂ ਸੋ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਪਿਊਸ਼ ਦੇ ਨਾਲ ਕਿਉਂਕਿ ਇਹ ਵੀਡੀਓ ਕਰਨ ਦਾ ਸਾਡਾ ਕੁਛ ਖਾਸ ਮਕਸਦ ਸੀਗਾ ਸੋ ਮਕਸਦ ਕੀ ਸੀ ਆਪਾਂ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਨੂੰ ਪ੍ਰੋਬਲਮਸ ਜਿਹੜੀਆਂ ਉਹ ਝੱਲਣੀਆਂ ਪਈਆਂ ਕੀ ਇਹਨਾਂ ਦਾ ਰਸਤਾ ਸੀ ਕਿਵੇਂ ਇਸ ਲਾਈਨ ਦੇ ਵਿੱਚ ਇਹ ਆਏ ਅਤੇ ਕਿਵੇਂ ਇਹ ਆਪਣੇ ਕਰੀਅਰ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਉਹਦੇ ਬਾਰੇ ਆਪਾਂ ਸਾਰੀ ਗੱਲਾਂ ਕਰਾਂਗੇ ਸੋ ਬਹੁਤ ਬਹੁਤ ਸਵਾਗਤ ਹੈ ਪਿਊਸ਼ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਸਾਡੇ ਨਾਲ ਪੋਡਕਾਸਟ ਜੁੜੇ ਹਾਂ ਸਭ ਦਾ ਧੰਨਵਾਦ ਅਤੇ ਅੱਜ ਅਸੀਂ ਆਏ ਸੀ ਸੁਰਸਿਮਰਨ ਸਟੂਡੀਓ ਅਤੇ ਡਬਿੰਗ ਵਗੈਰਾ ਦਾ ਕੰਮ ਨਿਬੇੜ ਕੇ ਫਿਰ ਕਹਿੰਦੇ ਪੋਡਕਾਸਟ ਸ਼ੁਰੂ ਕਰ ਦਿਆਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਿਊਸ਼ ਇਸ ਟਾਈਮ ਜਿਹੜੀ ਉਮਰ ਹੈ ਮੇਰੇ ਖਿਆਲ 'ਚ ਪੜ੍ਹਾਈ ਲਿਖਾਈ ਦੀ ਉਮਰ ਵੀ ਆਪਣੀ ਹਾਂਜੀ ਆਪਾਂ ਕਹਿੰਦੇ ਹਾਂ ਵੀ ਕੁਛ ਬਣੀਏ ਕਰੀਅਰ ਬਣਾਈਏ ਆਪਣਾ ਕੁਛ ਨਵਾਂ ਅੱਗੇ ਕਰੀਏ ਹੈ ਨਾ ਪਰ ਗਾਇਕੀ ਦਾ ਰਸਤਾ ਕਿਵੇਂ ਚੁਣਿਆ ਜਾਂ ਗਾਇਕੀ ਵਿੱਚ ਤੁਹਾਨੂੰ ਕੀ ਲੱਗਦਾ ਵੀ ਅਸੀਂ ਇੱਕ ਸਿੰਗਰ ਬਣਨਾ ਉਹਦੇ 'ਚ ਸਾਡਾ ਕੀ ਤੁਹਾਡਾ ਫਿਊਚਰ ਲੱਗਦਾ ਸਰ ਫਿਊਚਰ ਤਾਂ ਦੇਖੋ ਮਿਹਨਤ ਦੇ ਨਾਲ ਹੀ ਹੈ ਜਿੰਨੀ ਆਪਾਂ ਮਿਹਨਤ ਕਰਾਂਗੇ ਓਨਾ ਆਪਣਾ ਬ੍ਰਾਈਟ ਫਿਊਚਰ ਹੈਗਾ ਸਰ ਹੁਣ ਦੇਖੋ ਚੰਗੇ ਗਾਣੇ ਵੀ ਬਹੁਤ ਆ ਰਹੇ ਨੇ ਮਾੜੇ ਗਾਣੇ ਵੀ ਬਹੁਤ ਆ ਰਹੇ ਨੇ ਲੋਕ ਚੰਗੀਆਂ ਫੀਲਡ 'ਚ ਵੀ ਜਾ ਰਹੇ ਨੇ ਮਾੜੀ 'ਚ ਵੀ ਜਾ ਰਹੇ ਨੇ ਬਿਲਕੁਲ ਬਿਲਕੁਲ ਆਪਾਂ ਮਤਲਬ ਸਾਰਾ ਧਿਆਨ ਮਿਊਜ਼ਿਕ ਵੱਲ ਵੀ ਨਹੀਂ ਦੇ ਸਕਦੇ ਸਾਰਾ ਧਿਆਨ ਆਪਾਂ ਕੰਮ ਵੱਲ ਵੀ ਨਹੀਂ ਦੇ ਸਕਦੇ ਠੀਕ ਹੈ ਮਤਲਬ ਇਹ ਨਾਲ ਨਾਲ ਚੱਲੀ ਜਾਂਦਾ ਹਾਂਜੀ ਹਾਂਜੀ ਬਿਲਕੁਲ ਹੀ ਠੀਕ ਹੈ ਮੇਰਾ ਸਰ ਇਹੀ ਹੈਗਾ ਵੀ ਆਪਾਂ ਮਾੜੇ ਗਾਣਿਆਂ ਤੋਂ ਧਿਆਨ ਹਟਾ ਕੇ ਅੱਛਾ ਵੀ ਚੰਗੇ ਗਾਣਿਆਂ ਵੱਲ ਆਈਏ ਬਿਲਕੁਲ ਜੀ ਸੋ ਇਹ ਜਿਹੜਾ ਸੰਦੇਸ਼ ਹੈ ਇਸ ਉਮਰ ਦੇ ਵਿੱਚ ਤਕਰੀਬਨ ਇਹ ਕਹਿਣਾ ਬਹੁਤ ਔਖਾ ਹੁੰਦਾ ਕਿਉਂਕਿ ਮੇਰੇ ਕੋਲ ਜਿੰਨੇ ਨਾ ਵੀ ਉਸ ਸਿੰਗਰ ਆਉਂਦੇ ਨੇ ਸਾਰੇ ਮੁੰਡੇ ਤੇਰੇ ਵਰਗੇ ਜਾਂ ਕੋਈ ਹੋਰ ਉਹ ਇਹ ਗੱਲ ਕਹਿਣ ਤੋਂ ਡਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਖੜਕੇ ਦੜਕੇ ਵਾਲੇ ਗੀਤ ਜਿਹੜੇ ਸਾਡੇ ਉਹ ਚੱਲਦੇ ਆ ਚੱਲਣਗੇ ਨਾ ਪਰ ਤੁਹਾਡਾ ਜਿਹੜਾ ਗੀਤ ਹੈ ਮੈਂ ਆਪਾਂ ਡਬ ਕੀਤਾ ਜਾਂ ਸੁਣਿਆ ਆਪਾਂ ਨੇ ਜਾਂ ਹੁਣ ਰਿਲੀਜ਼ ਹੋਣਾ ਕੁਛ ਟਾਈਮ ਤੱਕ ਉਹਦੇ ਵਿੱਚ ਮੈਂ ਦੇਖਿਆ ਵੀ ਕੋਈ ਇੱਦਾਂ ਦੀ ਗੱਲ ਹੈ ਨਹੀਂ ਉਹ ਨੋਰਮਲ ਇੱਕ ਸਟੋਰੀ ਹੈ ਇੱਕ ਲਵ ਸਟੋਰੀ ਕਹਿ ਲਈਏ ਆਪਾਂ ਉਹ ਆਮ ਸੰਗੀਤ ਹੈ ਨਾ ਇਸ ਤਰ੍ਹਾਂ ਹਾਂਜੀ ਸਰ ਹਾਂਜੀ ਅਤੇ ਪਰ ਤੁਸੀਂ ਫਿਰ ਵੀ ਕਹਿ ਰਹੇ ਹੋ ਵੀ ਉਹ ਕਰ ਲੈਣੇ ਚਾਹੀਦੇ ਕੀ ਤੁਹਾਨੂੰ ਮਤਲਬ ਵਾਕਈ ਲੱਗਦਾ ਵੀ ਉਹ ਗੀਤ ਆਪਾਂ ਨੂੰ ਜਿਹੜੇ ਆ ਗਲਤ ਦਿਸ਼ਾ ਵੱਲ ਲੈ ਕੇ ਜਾਂਦੇ ਨੇ ਜਾਂ ਤੁਹਾਡੇ ਤੋਂ ਕਿਤੇ ਉਹ ਗੀਤਾਂ ਦਾ ਅਸਰ ਹੋਇਆ ਜਾਂ ਕਦੇ ਗੀਤ ਦੇਖ ਕੇ ਤੁਸੀਂ ਪਿਸਟਲ ਚੱਕਿਆ ਹੋਵੇ ਜਾਂ ਕੁਛ ਹੋਰ ਨਹੀਂ ਸਰ ਪਤਾ ਮਤਲਬ ਪਿਸਟਲ ਤਾਂ ਨਹੀਂ ਕਦੇ ਚੱਕਿਆ ਪਰ ਇਹ ਚੀਜ਼ ਹੁੰਦੀ ਹੈ ਵੀ ਆਪਣੇ ਦਿਮਾਗ 'ਚ ਉਹ ਚੀਜ਼ਾਂ ਘੁੰਮਦੀਆਂ ਨੇ ਵੀ ਆਪਾਂ ਐਂ ਕਰ ਦਾਂਗੇ ਵਾਹ ਕਰ ਦਾਂਗੇ ਜਦੋਂ ਦੇਖ ਲੈਣਾ ਵਿਜ਼ੂਅਲ ਬਣ ਜਾਂਦਾ ਹਾਂਜੀ ਵਿਜ਼ੂਅਲ ਬਣਦਾ ਹੀ ਤੇ ਹੁਣ ਮੇਰਾ ਸਿਰਫ ਲੋਕਾਂ ਕੋਲ ਇਹੀ ਚੀਜ਼ ਹੈ ਵੀ ਲੋਕਾਂ ਦੇ ਦਿਮਾਗ 'ਚ ਜੇ ਮੇਰੇ ਦਿਮਾਗ 'ਚ ਜਾ ਸਕਦੀ ਹੈ ਕਿਸੇ ਦੇ ਵੀ ਦਿਮਾਗ 'ਚ ਜਾ ਸਕਦੀ ਬਿਲਕੁਲ ਮੈਂ ਉਹਨਾਂ ਨੂੰ ਵੀ ਨਹੀਂ ਗਲਤ ਕਹਿ ਰਿਹਾ ਜਾਂ ਕੋਈ ਵੀ ਹੈ ਮਤਲਬ ਕਿਸੇ ਨੂੰ ਵੀ ਗਲਤ ਨਹੀਂ ਪਰ ਜੋ ਲੋਕਾਂ ਦਾ ਦਿਮਾਗ ਹੈ ਉਹ ਸਿਰਫ ਗਲਮ ਕਲਚਰ ਨੇ ਚੱਕ ਰੱਖਿਆ ਠੀਕ ਹੈ ਮੈਂ ਸਿਰਫ ਸਰ ਇਹ ਗਾਣਾ ਤਾਂ ਕੀਤਾ ਹੈਗਾ ਵੀ ਕੀ ਪਤਾ ਮੇਰੇ ਪਿੱਛੇ ਲੱਗ ਲੱਗ ਕੇ ਹੋਰ ਵੀ ਕਰਨ ਬਿਲਕੁਲ ਬਿਲਕੁਲ ਵੀ ਗਨ ਕਲਚਰ ਖਤਮ ਹੋ ਜੇ ਸੋ ਬਿਲਕੁਲ ਬਹੁਤ ਵਧੀਆ ਸੰਦੇਸ਼ ਹੈ ਸੋ ਇਹਨਾਂ ਨੇ ਗਾਣਾ ਜਿਹੜਾ ਕੀਤਾ ਖਰਚ ਵੀ ਕੀਤਾ ਗਾਣੇ 'ਤੇ ਵੀਡੀਓ ਵੀ ਬਣਾਈ ਹੈ ਅਤੇ ਹੋਰ ਵੀ ਪ੍ਰਮੋਸ਼ਨ ਵਗੈਰਾ ਵੀ ਕਰਨਗੇ ਅਤੇ ਇਹ ਖਰਚ ਵੀ ਇੱਕ ਰਿਸਕ ਲੈ ਕੇ ਕੀਤਾ ਇਹਨਾਂ ਦੀ ਬਹੁਤ ਵਧੀਆ ਗੱਲ ਹੈ ਇਹ ਕਹਿੰਦੇ ਕਿ ਹੋ ਸਕਦਾ ਕਿ ਇਹ ਗੀਤ ਚੱਲ ਜਾਵੇ ਅਤੇ ਲੋਕ ਉਸ ਤੋਂ ਬਾਅਦ ਚੰਗੇ ਹੀ ਗਾਉਣਾ ਸ਼ੁਰੂ ਕਰਦੇ ਹੋ
ਸੋ ਇਹ ਬਹੁਤ ਵੱਡਾ ਹੌਸਲਾ ਹੁੰਦਾ। ਬਾਕੀ ਇੱਕ ਹੋਰ ਪਿਊਸ਼ ਬਾਰੇ ਆਪਾਂ ਦੱਸਦੇ ਹਾਂ, ਪਿਊਸ਼ ਇੱਕ ਵੀਡੀਓ ਡਾਇਰੈਕਟਰ ਵੀ ਹੈ, ਸੋ ਬਹੁਤ ਵਧੀਆ ਵੀਡੀਓ ਦਾ ਕੰਮ ਕਰਦਾ। ਪਿਊਸ਼ ਕਿਹੜੇ ਕਿਹੜੇ ਗੀਤਾਂ 'ਚ, ਕਿੰਨੇ ਗੀਤਾਂ 'ਚ ਕਰ ਚੁੱਕੇ ਹੋ? ਸਰ ਮੈਂ ਹੁਣ ਤੱਕ ਮਤਲਬ ਟੋਟਲ 15 ਗੀਤ ਕਰ ਚੁੱਕਿਆ ਗਾ ਐਡਿਟ। ਅੱਛਾ, ਵਧੀਆ ਵਧੀਆ ਸਿੰਗਰਸ ਦੇ ਕੀਤੇ ਆ। ਠੀਕ ਹੈ, ਫਰਵਾਹ ਰੈਕਰਡਸ ਤੇ ਜਿੰਨੇ ਗੀਤ ਆਏ ਨੇਗੇ ਟੋਟਲੀ ਸਰ ਮੈਨੇ ਕੀਤੇ ਨੇਗੇ। ਓਕੇ, ਹਾਂਜੀ ਠੀਕ ਹੈ। ਅਤੇ ਇਸ ਲਾਈਨ ਦੇ ਵਿੱਚ ਜਿਵੇਂ ਗਾਇਕੀ ਲਾਈਨ ਵਿੱਚ ਆਪਾਂ ਆਉਂਦੇ ਹਾਂ ਜਾਂ ਵੀਡੀਓ ਦਾ ਕੰਮ ਕਰਦੇ ਹਾਂ, ਉਹਦੇ 'ਚ ਦੇਖੋ ਆਪਾਂ ਇਕੱਲੇ ਤਾਂ ਆਉਂਦੇ ਨਹੀਂ। ਹਾਂਜੀ, ਤਾਂ ਕੁਛ ਕੁ ਲੋਕਾਂ ਦਾ ਆਪਣਾ ਸਾਥ ਹੁੰਦਾ, ਸਹਾਰਾ ਹੁੰਦਾ ਹੈ ਨਾ। ਸਭ ਤੋਂ ਪਹਿਲਾਂ ਤੁਹਾਨੂੰ ਮਤਲਬ ਪੇਰੈਂਟਸ ਦੀ ਕੋਈ ਇਹਦੇ 'ਚ ਸਪੋਰਟ ਹੈਗੀ ਹੈ? ਹਾਂਜੀ, ਪੇਰੈਂਟਸ ਦੀ ਸਰ ਸ਼ੁਰੂ ਤੋਂ ਹੀ ਸਪੋਰਟ ਰਹੀ ਹੈਗੀ। ਅਤੇ ਰਿਸ਼ਤੇਦਾਰਾਂ ਦੀ? ਰਿਸ਼ਤੇਦਾਰਾਂ ਦੀ ਸਰ ਕੁਛ ਕੁ ਤਾਂ ਹੁੰਦੇ ਹੀ ਹੈਗੇ ਦੇਖੋ, ਅਤੇ ਕੁਛ ਕੁ ਸਰ ਮੇਰੇ ਮਾਮੇ ਹੋਰੀ ਨੇ ਲੁਧਿਆਣੇ। ਅੱਛਾ ਅੱਛਾ, ਮਤਲਬ ਉਹਨਾਂ ਦਾ ਵਧੀਆ ਉੱਥੇ, ਅਤੇ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ, ਹੁਣ ਤੱਕ ਵੀ ਸਰ ਸਪੋਰਟ ਕਰਦੇ ਆਏ ਨੇ। ਓਕੇ, ਉਹ ਮੈਨੂੰ ਖੁਦ ਕਹਿ ਦਿੰਦੇ ਆ ਵੀ ਪਿਊਸ਼ ਤੈਨੂੰ ਜੇ ਕੱਲ ਨੂੰ ਕੋਈ ਦਿੱਕਤ ਆਉਂਦੀ ਆ, ਕੋਈ ਪੈਸੇ ਦੀ ਵੀ ਲੋੜ ਹੈਗੀ ਹੈਗੀ, ਤੂੰ ਸਾਨੂੰ ਦੱਸ। ਠੀਕ ਹੈ, ਕਿਸੇ ਕੋਲ ਜਾਣ ਦੀ ਲੋੜ ਨਹੀਂ ਗੀ, ਤੂੰ ਸਾਡੇ ਕੋਲ ਆ ਜੀ। ਮਤਲਬ ਕਿ ਹਲੇ ਮੈਂ ਸਰ ਦਿਲੋਂ ਕਹਿੰਦਾ ਵੀ ਮੇਰੇ ਸਕੇ ਨਾਨਕੇ ਨਹੀਂ ਇੰਨਾ ਸਾਥ ਦਿੱਤਾ ਹੈਗਾ ਜਿੰਨਾ ਉਹਨਾਂ ਨੇ ਦਿੱਤਾ ਹੈਗਾ। ਜਿੰਨਾ ਉਹਨਾਂ ਤੋਂ, ਵੈਰੀ ਗੁੱਡ, ਬਹੁਤ ਵਧੀਆ ਗੱਲ ਹੈ। ਹਾਂਜੀ, ਸੋ ਰਿਸਪੈਕਟ ਵੀ ਜਿਹੜਾ ਆਪਾਂ ਛੋਟਿਆਂ ਨੂੰ ਹਮੇਸ਼ਾ ਚਾਹੀਦਾ ਕਿ ਵੱਡਿਆਂ ਦਾ ਰਿਸਪੈਕਟ ਕਰਨ, ਅਤੇ ਵੱਡਿਆਂ ਨੂੰ ਹਮੇਸ਼ਾ ਚਾਹੀਦਾ ਕਿ ਛੋਟਿਆਂ ਦੇ ਸਿਰ 'ਤੇ ਹੱਥ ਰੱਖਣ, ਉਹਨਾਂ ਦੀ ਹੈਲਪ ਕਰਨ, ਚੰਗੇ ਪਾਸੇ ਵੱਲ ਜੇ ਕੋਈ ਜਾ ਰਿਹਾ ਤਾਂ ਉਹਨਾਂ ਦੀ ਮਦਦ ਕਰਨ। ਬਾਕੀ ਨਾਲ ਕੋਈ ਯਾਰਾਂ ਦੋਸਤਾਂ ਦਾ ਸਹਿਯੋਗ ਵੀ? ਹਾਂਜੀ ਸਰ, ਯਾਰ ਦੋਸਤ ਸਰ ਬਹੁਤ ਨੇਗੇ। ਅੱਛਾ, ਕਈ ਮਾੜੇ ਵੀ ਨਿਕਲ ਕੇ ਜਾਂਦੇ ਦੇਖੋ, ਕਈ ਚੰਗੇ ਵੀ ਨਿਕਲ ਕੇ ਜਾਂਦੇ, ਪਰ ਸਰ ਦੋ ਹੈਗੇ ਮੇਰੇ ਭਰਾਈ ਲਾ ਲਓ, ਯਾਰ ਦੋਸਤ ਲਾ ਲਓ, ਠੀਕ ਹੈ, ਇੱਕੋ ਹੀ ਥਾਲੀ 'ਚ ਖਾਣਾ ਹੈਗਾ। ਮਤਲਬ ਇੱਕ ਤਾਂ ਅਕਾਸ਼ਦੀਪ ਸਾਡੀ ਗਲੀ 'ਚ ਹੀ ਹੈ ਸਰ। ਅਸੀਂ ਹੁਣ ਮੁੰਡਾ ਆਉਂਦਾ ਹੈਗਾ ਚੰਡੀਗੜ੍ਹ ਤੋਂ, ਅਸੀਂ ਇਕੱਠੇ, ਠੀਕ ਹੈ, ਉਹਨੂੰ ਬੱਸ ਸਟੈਂਡ ਛੱਡ ਗਿਆ ਨਾ ਤਾਂ ਇਕੱਠੇ, ਲੈ ਕੇ ਆ ਨਾ ਤਾਂ ਇਕੱਠੇ। ਇੱਕ ਸਰ ਸਰਮਨ ਨਾਮ ਦਾ ਮੁੰਡਾ ਹੈਗਾ, ਤੇ ਉਹਨੇ ਮਤਲਬ ਮੇਰੇ ਨਾਲ ਜਿੱਥੇ ਜਾਣਾ ਉਹਨੇ ਮੇਰੇ ਨਾਲ ਜਾਣਾ ਹੈਗਾ, ਨਾਲ ਜਾਣਾ। ਤੇ ਕਈ ਦੋਸਤ ਇੱਦਾਂ ਦੇ ਹੁੰਦੇ ਜਿਹੜੇ ਕਹਿੰਦੇ ਯਾਰ ਤੈਨੂੰ ਕੀ ਪਤਾ, ਤੈਨੂੰ ਕੀ ਗਾਉਣਾ ਆਉਂਦਾ ਹੋਵੇ, ਜਾਂ ਕਹਿੰਦਾ ਤੈਨੂੰ ਕੀ ਪਤਾ ਗਾਉਣ ਦਾ, ਤੇਰਾ ਗੀਤ ਨਹੀਂ ਚੱਲਦਾ, ਜੇ ਤੂੰ ਕਹੇ ਵੀ ਤੇਰਾ ਗੀਤ ਤੂੰ ਐਵੇਂ ਟੱਕਰਾਂ ਵਾਰੀ ਜਾਂਦਾ। ਇੱਦਾਂ ਦੇ ਵੀ ਮਤਲਬ ਦੋਸਤ ਹੁੰਦੇ ਆ, ਕੋਈ ਕਹਿੰਦੇ ਆ ਕੋਈ ਜਾਂ ਨਾਲ ਵਾਲੇ ਜਾਂ ਕੋਈ ਵੱਖਰੀ। ਸਰ ਅੱਜ ਕੱਲ੍ਹ ਇਹ ਚੀਜ਼ ਨਹੀਂ ਚੱਲਦੀ, ਅੱਜ ਕੱਲ੍ਹ ਚੱਲਦੀਆਂ ਟੌਂਟ ਜੇ ਵੀ ਆ ਗਿਆ ਸਾਡਾ ਸਟਾਰ ਸਾਹਿਬ, ਠੀਕ ਹੈ, ਆ ਗਿਆ ਸਾਡਾ ਕਲਾਕਾਰ, ਇਹ ਚੀਜ਼ਾਂ ਚੱਲਦੀਆਂ ਸਰ। ਮਤਲਬ ਟੌਂਟ ਮਾਰ ਮਾਰ ਕੇ ਨਾ ਅਗਲੇ ਨੂੰ ਖਿਜਾਉਂਦੇ ਆ, ਤੇ ਉਹੀ ਬੰਦੇ ਫਿਰ ਕਮੈਂਟ 'ਚ ਕਰਦੇ ਆਗੇ ਉਹੀ ਚੀਜ਼, ਤੇ ਸਰ ਉਹ ਚੀਜ਼ ਨਾਲ ਹੁਣ ਫਰਕ ਪੈਣੀ ਹਟ ਗਿਆ। ਬਿਲਕੁਲ, ਜਦੋਂ ਪਤਾ ਹੈਗਾ ਵੀ ਆਪਾਂ ਸਹੀ ਆ, ਜਿੰਨੀ ਕੁ ਮਿਹਨਤ ਕੀਤੀ ਆਪਾਂ ਕੀਤੀ ਹੈਗੀ, ਇਹਨਾਂ ਨੂੰ ਕੀ ਪਤਾ ਹੈਗਾ ਵੀ ਆਪਣੀ ਮਿਹਨਤ ਦਾ। ਬਿਲਕੁਲ, ਬਾਕੀ ਮੈਂ ਇਹ ਗੱਲ ਨੋਟ ਕੀਤੀ ਹੈ, ਮੈਂ ਤੁਹਾਡੇ ਵੀ ਸ਼ਾਇਦ ਜਿਨ੍ਹਾਂ ਨੇ ਇਸ ਪ੍ਰੋਬਲਮ ਫੇਸ ਕੀਤਾ ਹੋਊਗਾ। ਹੁਣ ਤੁਸੀਂ ਦੇਖੋ, ਇਹ ਤਾਂ ਚਲੋ ਗਾਣਾ ਗਾ ਰਹੇ ਨੇ, ਗਾਣੇ ਕਰਦੇ ਨੇ ਨਾ, ਅਸੀਂ ਕਈ ਵਾਰ ਕੀ ਹੈ ਕੋਈ ਧਾਰਮਿਕ ਸ਼ਬਦ ਜਾਂ ਸ਼ਬਦ ਗੁਰਬਾਣੀ ਸ਼ਬਦ ਜਾਂ ਕੋਈ ਧਾਰਮਿਕ ਸੌਂਗ ਕਰਦੇ ਹਾਂ, ਉਹਦੇ 'ਤੇ ਵੀ ਅਸੀਂ ਨੋਟ ਕਰਦੇ ਹਾਂ ਕਿ ਡਿਸਲਾਈਕ ਆਉਂਦੇ ਨੇ, ਮਤਲਬ ਲੋਕਾਂ ਦੇ ਕਈ ਵਾਰ ਇਸ ਤਰ੍ਹਾਂ ਦੇ ਕਮੈਂਟ ਆਉਂਦੇ ਨੇ ਵੀ ਹੈ ਨਾ, ਆਪਾਂ ਲੱਗਦਾ ਹੁੰਦਾ ਵੀ ਆਪਾਂ ਨੂੰ ਵੀ ਜੈਲਸੀ ਹੋ ਰਹੀ ਹੈ ਜਾਂ ਕੁਛ ਹੋਰ। ਮਤਲਬ ਇਹ ਚੱਲਦਾ ਹੀ ਆ ਰਿਹਾ, ਸਟਾਰਟਿੰਗ ਤੋਂ ਚੱਲਦਾ ਆ ਰਿਹਾ, ਕੋਈ ਕਿਸੇ 'ਤੇ ਜਿਹੜਾ ਰਾਜੀ ਘੱਟ ਹੀ ਹੁੰਦਾ ਗਾ, ਪਰ ਫਿਰ ਵੀ ਆਪਣੇ ਜਿਹੜਾ ਏਮ ਨੂੰ ਬਰਕਰਾਰ ਰੱਖੋ, ਸੋ ਬਰਕਰਾਰ ਰੱਖਦੇ ਹੋਏ ਆਪਣੇ ਏਮ ਨੂੰ ਅੱਗੇ ਲੈ ਕੇ ਜਾਓ, ਅਤੇ ਤੁਸੀਂ ਸਫਲ ਜ਼ਰੂਰ ਹੋਵੋਗੇ। ਅੱਛਾ, ਜਿਹੜਾ ਗਾਣਾ ਆਪਾਂ ਕੀ ਟਾਈਟਲ ਰੱਖਣਾ ਗਾਣੇ ਦਾ ਜਿਹੜਾ ਆ ਰਿਹਾ ਹੁਣ? ਗਾਣੇ ਦਾ ਸਰ ਸੋਲਮੇਟ। ਸੋਲਮੇਟ, ਹਾਂਜੀ ਠੀਕ ਹੈ। ਪੰਜਾਬੀ 'ਚ ਕੀ ਅਰਥ ਨਾਲ? ਪੰਜਾਬੀ 'ਚ ਸਰ ਲਾਈਫ ਪਾਰਟਨਰ, ਮਤਲਬ ਮਤਲਬ ਦੋ ਸਾਥੀ, ਜਿਵੇਂ ਕਲਾਸਮੇਟ ਹੋ ਗਿਆ। ਹਾਂਜੀ, ਹੈ ਨਾ, ਬੈਚਮੇਟ ਹੋ ਗਿਆ। ਹਾਂਜੀ ਹਾਂਜੀ, ਐਵੇਂ ਆਪਾਂ ਕਹਿ ਸਕਦੇ ਸੋਲਮੇਟ। ਹਾਂਜੀ, ਆਤਮਾ ਦਾ ਸਾਥੀ। ਆਤਮਾ ਦਾ ਸਾਥੀ, ਵਾਹ ਕੀ ਬਾਤ ਹੈ। ਕੀ ਰੱਖਿਆ ਟਾਈਟਲ, ਕੀ ਰੱਖਿਆ ਸੀ ਸਰ ਟਾਈਟਲ? ਜੋ ਗੁਰਨੂਰ ਵੀਰ ਹੈ ਨਾ, ਮਤਲਬ ਉਹ ਸਾਡੇ ਪ੍ਰੋਡਿਊਸਰ ਨੇਗੇ। ਅੱਛਾ ਅੱਛਾ, ਸਾਰੀ ਮਿਹਰਬਾਨੀ ਸਰ ਉਹਨਾਂ ਦੀ ਹੈਗੀ ਵੀ ਜੋ ਉਹਨਾਂ ਦੇ ਚੈਨਲ 'ਤੇ ਗਾਣਾ ਆ ਰਿਹਾ, ਅਤੇ ਅੱਗੇ ਉਹਨਾਂ ਨਾਲ ਵੀ ਪ੍ਰੋਜੈਕਟ ਆ ਰਹੇ ਨੇ ਸਰ। ਠੀਕ ਹੈ, ਵਧੀਆ ਵਧੀਆ ਆ ਰਹੇ ਨੇਗੇ।
ਪਿਊਸ਼ ਮੈਂ ਵੀਡੀਓ ਥੋੜੀਆਂ ਦੇਖ ਕੇ ਹਟਾਂਗਾ ਜਿਹੜਾ ਤੁਸੀਂ ਕੰਮ ਕੀਤਾ। ਹਾਂਜੀ, ਨੋ ਡਾਊਟ ਮੈਂ ਕੋਈ ਮੂੰਹ ਤੇ ਇਹਨਾਂ ਦੀ ਤਾਰੀਫ ਨਹੀਂ ਕਰ ਰਿਹਾ, ਬਲ ਬਹੁਤ ਵਧੀਆ ਕੰਮ ਕੀਤਾ ਹੋਇਆ ਵੀਡੀਓ ਦੇ ਵਿੱਚ, ਵੀ ਇੱਦਾਂ ਲੱਗਦਾ ਨਹੀਂ ਗਾ। ਕਈ ਵਾਰੀ ਮੈਂ ਦੇਖਣ ਦੇ ਵਿੱਚ ਨੋਟ ਕਰਦਾ ਹੁੰਦਾ ਵੀ ਚਾਹ ਕਮੀ ਹੈ, ਚਾਹ ਕਮੀ, ਪਰ ਪਿਊਸ਼ ਨੇ ਜੋ ਗੀਤ ਕੀਤਾ ਉਹਦੇ 'ਚ ਬਹੁਤ ਵਧੀਆ ਕੰਮ ਵੀਡੀਓ ਦਾ ਕੀਤਾ ਹੋਇਆ। ਵੀ ਐਡੀ ਉਮਰ ਦੇ ਵਿੱਚ ਕਿੱਥੋਂ ਕਿ ਸ਼ੁਰੂ ਦੀ ਕੋਈ ਲਗਨ ਸੀ? ਨਹੀਂ ਸਰ, ਮੈਂ ਪਹਿਲਾਂ ਨਾ ਸ਼ਾਰਟ ਮੂਵੀਜ਼ ਕਰਦਾ ਹੁੰਦਾ ਸੀਗਾ। ਅੱਛਾ, ਆਪ ਡਾਇਰੈਕਟ ਕਰਦੇ? ਨਹੀਂ ਨਹੀਂ ਸਰ, ਖੁਦ ਐਕਟ ਕੀਤਾ ਸੀਗਾ। ਐਕਟ ਕੀਤਾ ਸੀ? ਹਾਂਜੀ, ਸ਼ਾਰਟ ਮੂਵੀਜ਼ 'ਚ। ਅਤੇ ਸਰ ਹੁਣ ਅਸੀਂ ਟੀਮ ਬਣਾਈ ਸੀ 6-7 ਜਣਿਆਂ ਦੀ, ਗਲੀ 'ਚੋਂ ਹੀ ਰਲ ਕੇ, ਲੋਕਡਾਊਨ ਸਰ ਲੱਗਿਆ ਹੋਇਆ ਸੀਗਾ। ਓਕੇ। ਅਤੇ ਉਸ ਤੋਂ ਬਾਅਦ ਸਰ ਅਸੀਂ ਕਹਿੰਦੇ ਵੀ ਵੀਡੀਓ ਐਡੀਟਿੰਗ ਸਾਨੂੰ ਵੀ ਨਹੀਂ ਆਉਂਦੀ, ਸਾਨੂੰ ਵੀ ਨਹੀਂ ਆਉਂਦੀ। ਮੈਂ ਸਰ ਮਤਲਬ ਨਾ ਕਹਿੰਦੇ ਹੁੰਦੇ ਦੋਸਤਾਂ 'ਚ ਆਪਾਂ ਸ਼ੁੱਕਰ ਜੇ ਗਏ ਵੀ ਐਂ ਕਹਿਤਾ ਵੀ ਚਲੋ ਮੈਂ ਕਰੂੰਗਾ, ਮੈਨੂੰ ਤਾਂ ਸਾਰੀ ਆਉਂਦੀ ਆ, ਸਰ ਆਉਂਦੀ ਹੈ ਨਹੀਂ ਸੀਗੀ। ਅਤੇ ਸਰ ਉੱਥੋਂ ਉੱਥੋਂ ਸਟੈਪ ਚੱਕਦਾ ਚੱਕਦਾ ਬਸ ਸਿੱਖ ਗਿਆ। ਅੱਛਾ ਅੱਛਾ। ਹਾਂਜੀ, ਨਹੀਂ ਕਈ ਬਰੀਕੀਆਂ ਮੈਂ ਨੋਟ ਕੀਤੀਆਂ। ਵੈਸੇ ਚਲੋ ਮੈਂ ਇੰਨਾ ਵੀਡੀਓ ਦਾ ਹੈ ਨਹੀਂ, ਪਰ ਫਿਰ ਵੀ ਆਪਾਂ ਨੂੰ ਦੇਖਣ ਦੇ ਵਿੱਚ ਇੱਕ ਆਪਾਂ ਇੱਕ ਦਰਸ਼ਕ ਹੋਣ ਦੇ ਨਾਤੇ ਆਪਾਂ ਨੋਟ ਕਰ ਲੈਂਦੇ ਹੁੰਦੇ ਵੀ ਆਹ ਚੀਜ਼ ਇੱਥੇ ਜੇ ਵਧੀਆ ਲੱਗਦੀ, ਇੱਥੇ ਘਟੀਆ ਲੱਗਦੀ ਹੈ। ਤਾਂ ਉਹ ਮੈਂ ਕਈ ਵਾਰ ਮਤਲਬ ਨੋਟ ਕੀਤਾ ਵੀ ਪਿਊਸ਼ ਦੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ। ਤੁਸੀਂ ਕਿਸੇ ਨੇ ਵੀ ਅਗਰ ਕੋਈ ਵੀਡੀਓਗ੍ਰਾਫੀ ਦਾ ਕੰਮ ਕਰਾਉਣਾ ਹੋਊਗਾ ਤਾਂ ਕਿਸੇ ਵੀ ਤਰ੍ਹਾਂ ਦੀ ਐਡੀਟਿੰਗ ਕਰਾਉਣੀ ਹੈ, ਕਿਸੇ ਤਰ੍ਹਾਂ ਦੀ ਕੋਈ ਮਤਲਬ ਡਾਇਰੈਕਸ਼ਨ ਇਹਨਾਂ ਨੇ, ਇਹਨਾਂ ਦੀ ਲੋੜ ਹੈ ਡਾਇਰੈਕਸ਼ਨ ਦੀ, ਤਾਂ ਇਹਨਾਂ ਤੱਕ ਜ਼ਰੂਰ ਪਹੁੰਚ ਕਰਿਓ ਜਾਂ ਸਾਡੇ ਨਾਲ ਕੰਟੈਕਟ ਕਰ ਲਿਓ ਅਤੇ ਅਸੀਂ ਤੁਹਾਨੂੰ ਮਤਲਬ ਇਹਨਾਂ ਨਾਲ ਮਿਲਾਵਾਂਗੇ। ਕੰਮ ਦੇਖੋ ਇੱਕ ਵਾਰ, ਕੋਈ ਚੱਕਰ ਨਹੀਂ, ਪੈਸੇ ਪੂਸੇ ਦਾ ਵੀ ਕੋਈ ਚੱਕਰ ਨਹੀਂ, ਜਿਹਨੇ ਕਹੋਗੇ ਕਰ ਲੈਣਗੇ ਇੱਕ ਵਾਰ, ਪਰ ਕੰਮ ਜ਼ਰੂਰ ਦੇਖਿਓ ਇਹਨਾਂ ਦਾ, ਫਿਰ ਉਸ ਤੋਂ ਬਾਅਦ ਮੁੱਲ ਪਾਇਓ ਵੀ ਹਾਂ ਤੁਹਾਡਾ ਕੰਮ ਇੰਨੇ ਕੁ ਦਾ ਜਾਂ ਇੰਨੇ ਕੁ ਦਾ, ਕਿਉਂਕਿ ਮੈਨੂੰ ਲੱਗਦਾ ਵੀ ਇਸ ਕੰਮ ਦੇ ਵਿੱਚ ਵੀ ਬਹੁਤ ਵੱਡੇ ਸਕੈਂਡਲ ਹੋ ਰਹੇ ਨੇ, ਹੈ ਨਾ, ਵੀ ਥੋੜ੍ਹਾ ਕੰਮ ਕਰਕੇ ਕਾਫੀ ਵੱਡਾ ਹੜੱਪਾ ਮਾਰ ਲੈਣਾ। ਸਰ ਹੋਇਆ ਇੱਕ ਵਾਰ, ਮਤਲਬ ਮੇਰੇ ਯਾਰ ਦੋਸਤਾਂ ਦਾ ਸੌਂਗ ਸੀਗਾ ਲੁਧਿਆਣੇ ਤੋਂ, ਸਰ ਉਹਨਾਂ ਨੇ ਕੀ ਕੀਤਾ ਵੀਡੀਓ ਸ਼ੂਟ ਕਰਵਾ ਲਿਆ, ਮਤਲਬ ਉਹਨਾਂ ਤੋਂ 50-60 ਹਜ਼ਾਰ ਰੁਪਇਆ ਵੀਡੀਓ ਡਾਇਰੈਕਟਰ ਨੇ ਲੈ ਲਿਆ। ਅੱਛਾ। ਅਤੇ ਉਹਨਾਂ ਦੀ ਸਰ ਮਤਲਬ ਕੋਈ ਸੁਣਵਾਈ ਨਹੀਂ ਹੋਈ, ਨਾ ਉਹਨਾਂ ਨੂੰ ਗਾਣਾ ਮਿਲਿਆ ਹਜੇ ਤੱਕ। ਅੱਛਾ। ਤੇ ਕਹਿੰਦੇ ਫਾਈਲਾਂ ਸਾਡੇ ਤੋਂ ਡਿਲੀਟ ਹੋ ਗਈਆਂ। ਉਹਨਾਂ ਨੇ ਕਿਹਾ ਵੀ ਸਾਡਾ ਗਾਣਾ ਫਿਰ ਤੋਂ ਸ਼ੂਟ ਕਰ ਦਿਓ, ਚਲੋ ਵੀ ਅਸੀਂ ਜਿਹੜੇ ਉੱਪਰ ਥੋੜੇ ਬਹੁਤ ਪੈਸੇ ਬਣਦੇ ਆ ਅਸੀਂ ਉਹ ਵੀ ਦੇ ਦਾਂਗੇ। ਤੇ ਕਹਿੰਦੇ ਨਹੀਂ ਵੀ ਅਸੀਂ ਨਹੀਂ ਕਰਦੇ ਗੇ, ਤੇ ਕੋਈ ਵਾਈਜ ਧਿਆਈ ਨਹੀਂ ਵੀ ਸਰ ਉਹਦੀ ਗਾਣੇ ਦੀ। ਇਹ ਹੁੰਦਾ ਹਰੇਕ ਚੀਜ਼, ਮਿਊਜ਼ਿਕ ਦੇ ਵਿੱਚ ਵੀ ਹੈਗਾ, ਮੇਰੇ ਕੋਲ ਬਹੁਤ ਸਿੰਗਰ ਆਉਂਦੇ ਜਿਹੜੇ ਮਤਲਬ ਦੁਖੀ ਮਨ ਲੈ ਕੇ ਆਉਂਦੇ ਨੇ ਵੀ ਅਸੀਂ ਕੰਮ ਕਰਵਾਇਆ, ਉਹਨੂੰ ਪੇਮੈਂਟ ਵੀ ਦੇਤੀ ਪਰ ਗੱਲ ਨਹੀਂ ਬਣੀ, ਜਾਂ ਮਤਲਬ ਕੰਮ ਸਾਡਾ ਦਿੱਤਾ ਨਹੀਂ। ਬਿਲਕੁਲ ਹੀ ਬਿਲਕੁਲ, ਕੰਮ 'ਚ ਚਲੋ ਚੱਲਦਾ ਹੈ। ਵੈਸੇ ਇਹ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ। ਅਤੇ ਇਹਨਾਂ ਦਾ ਨੇਚਰ ਜਿਹੜਾ ਮੁੰਡੇ ਦਾ, ਮੈਂ ਹੋਰ ਹਿਸਾਬ ਦਾ ਦੇਖਿਆ ਵੀ ਜਿੰਨਾ ਕੰਮ ਕਹਿਣਾ ਉਨਾ ਕੰਮ ਹੀ ਕਰਨਾ ਹੈ। ਅੱਜ ਅਸੀਂ ਨੂੰ 10 ਵਜੇ ਦਾ ਟਾਈਮ ਦਿੱਤਾ ਸੀ ਵੀ ਆਉਣਾ ਤਾਂ 10 ਵਜੇ, ਐਗਜੈਕਟ 10 ਵਜੇ, 10:01 ਦੇ ਵਿੱਚ ਇਹ ਸਟੂਡੀਓ 'ਚ ਸੀਗਾ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ, ਬੰਦਾ ਟਾਈਮ ਦਾ ਪਾਬੰਦ ਹੋਵੇ, ਸਮੇਂ ਦਾ ਪਾਬੰਦ ਜਿਹੜਾ ਬੰਦਾ ਹੁੰਦਾ ਉਹ ਕਦੇ ਵੀ ਮਾਰ ਨਹੀਂ ਖਾਂਦਾ। ਅਤੇ ਬਾਕੀ ਇਹਨਾਂ ਦਾ ਗੀਤ ਆ ਰਿਹਾ, ਅਤੇ ਗੀਤ ਨੂੰ ਤੁਸੀਂ ਇੱਕ ਵਾਰ ਜ਼ਰੂਰ ਸੁਣਿਓ। ਸੋਲ ਮੇਟ ਗੀਤ ਦਾ ਨਾਮ ਹੈ, ਚੈਨਲ ਕੀ ਨਾਮ ਹੈ ਚੈਨਲ? ਚੈਨਲ ਸਰ ਸਟਰਗਲਰ ਮਿਊਜ਼ਿਕ। ਸਟਰਗਲਰ ਮਿਊਜ਼ਿਕ, ਉਹ ਵੀ ਚਲੋ ਸਟਰਗਲਰ ਹੀ ਨੇ, ਹਮੇਸ਼ਾ ਬੰਦਾ ਵੈਸੇ ਸਟਰਗਲਰ ਹੀ ਹੁੰਦਾ, ਕਿਉਂਕਿ ਵੈਸੇ ਸਟਰਗਲ ਤਾਂ ਕਦੇ ਮੁੱਕਦਾ ਨਹੀਂ ਹੁੰਦਾ ਜ਼ਿੰਦਗੀ ਦਾ। ਨਹੀਂ ਮੁੱਕਦਾ ਸਰ, ਮੈਂ ਕਹਿੰਦਾ ਗਾ ਵੀ ਜੇ ਵੱਡੇ ਤੋਂ ਵੱਡਾ ਸਿੰਗਰ ਹਾਈ ਲੈਵਲ ਤੇ ਵੀ ਬੈਠਾ ਸਰ, ਉਹ ਵੀ ਸਟਰਗਲ ਕਰ ਰਿਹਾ ਉਸ ਦੇ ਟਾਈਮ 'ਚ। ਬਿਲਕੁਲ, ਮੇਰੇ ਕੋਲ ਇੱਕ ਫੇਮਸ ਸਿੰਗਰ ਦਾ ਕੱਲ੍ਹ ਫੋਨ ਆਇਆ, ਚਲੋ ਮੈਂ ਨਾਂ ਨਹੀਂ ਲੈਣਾ, ਉਹ ਵੀ ਇਹੀ ਗੱਲ ਕਰ ਰਿਹਾ ਸੀ। ਉਹ ਕਹਿੰਦਾ, ਮੈਂ ਕਿਹਾ ਵੀ ਤੁਹਾਨੂੰ ਤਾਂ ਕੋਈ ਲੋੜ ਨਹੀਂ ਐਡ ਪ੍ਰਮੋਸ਼ਨ ਕਰਨ ਦੀ। ਹਾਂਜੀ। ਉਹ ਕਹਿੰਦੇ ਨਹੀਂ ਜੀ, ਇੱਦਾਂ ਨਹੀਂ ਹੁੰਦਾ, ਵੀ ਜਦੋਂ ਸਾਡੀ ਮਤਲਬ ਫਿਲਮ ਜਾਂ ਸਾਡਾ ਸੌਂਗ ਰਿਲੀਜ਼ ਹੋ ਜਾਂਦਾ ਹੈ ਤਾਂ ਸਿਨੇਮੇ ਦੇ ਵਿੱਚ ਆਉਣ ਤੋਂ ਪਹਿਲਾਂ ਸਾਨੂੰ ਬਹੁਤ ਜ਼ਿਆਦਾ ਅੱਚ ਵੀ ਲੱਗ ਜਾਂਦੀ ਹੈ ਵੀ ਅਸੀਂ ਪ੍ਰਮੋਸ਼ਨ ਕਰਨੀ, ਆਪਦੀ ਪ੍ਰਮੋਸ਼ਨ ਸਾਨੂੰ ਆਪ ਕਰਨੀ ਪੈਂਦੀ ਹੈ। ਖਤਰਾ ਹੁੰਦਾ ਵੀ ਮਤਲਬ ਪਤਾ ਨਹੀਂ ਲੋਕ ਇਹਨੂੰ ਪਸੰਦ ਕਰਨਗੇ ਜਾਂ ਨਾ ਕਰਨਗੇ। ਹਾਂਜੀ ਹਾਂਜੀ, ਬਿਲਕੁਲ ਸਰ, ਹੁੰਦਾ ਹੈਗਾ। ਬਾਕੀ ਚਲੋ, ਤੁਹਾਡੀ ਉਹ ਸੋਚ ਨੂੰ ਮੈਂ ਬਹੁਤ ਵਧੀਆ ਮੰਨਦਾ। ਵੈਸੇ ਤਾਂ ਚਲੋ ਆਪਾਂ ਨੂੰ ਇਹ ਪਤਾ, ਇਸ ਵਿਸ਼ੇ 'ਤੇ ਅਸੀਂ ਕਦੇ ਫਿਰ ਪੂਰੀ ਵੀਡੀਓ ਲੈ ਕੇ ਆਵਾਂਗੇ ਵੀ ਚੰਗੇ ਗੀਤ ਅਤੇ ਮਾੜੇ ਗੀਤ ਕਰਨ ਦੇ ਵਿੱਚ ਕੀ ਫਰਕ ਹੁੰਦਾ ਜਾਂ ਕੀ ਇਹਦਾ ਮਤਲਬ ਸਾਨੂੰ ਵੱਧ ਘੱਟ ਹੁੰਦੀ ਹੈ। ਫਿਲਹਾਲ ਆਪਾਂ ਸ਼ਾਰਟ ਦੇ ਵਿੱਚ ਇਹ ਗੱਲ ਇਹਨਾਂ ਨਾਲ ਕੀਤੀ ਹੈ, ਇਹਨਾਂ ਦੀ ਇਹ ਵਿਚਾਰਧਾਰਾ ਕਾਫੀ ਵਧੀਆ ਲੱਗੀ ਹੈ ਵੀ ਇਹਨਾਂ ਨੇ ਥੋੜ੍ਹਾ ਜਿਹਾ ਠੀਕ ਗੀਤ ਗਾਉਣ ਦੀ ਕੋਸ਼ਿਸ਼ ਕੀਤੀ ਹੈ, ਕੋਈ ਮਾਰਧਾਰ ਵਾਲਾ ਗੀਤ ਨਹੀਂ, ਵੱਢਦੋਂ ਚੱਕ ਦੂ ਵਾਲਾ ਗੀਤ ਨਹੀਂ ਕੋਈ ਹੈਗਾ। ਅਤੇ ਇਹਨਾਂ ਨੇ ਖੁਦ ਕਿਹਾ ਵੀ ਸਾਨੂੰ ਇਹ ਲੱਗਦਾ ਵੀ ਜੇ ਅਸੀਂ ਆਹ ਗੀਤ ਕਰਾਂਗੇ ਤਾਂ ਹੋ ਸਕਦਾ ਹੈ ਸਾਡੇ ਪਿੱਛੇ ਲੱਗ ਕੇ ਆਉਣ ਵਾਲਾ ਯੁੱਗ ਜਿਹੜਾ ਹੈ, ਆਉਣ ਵਾਲੇ ਜੰਗ ਜਿਹੜੇ ਹੈਗੇ ਨੇ, ਉਹ ਸਾਡੇ ਪਿੱਛੇ ਲੱਗ ਕੇ ਹੋ ਸਾਰਾ ਚੰਗੇ ਗੀਤ ਗਾਉਣ ਦੀ ਕੋਸ਼ਿਸ਼ ਕਰਨ, ਹੈ ਨਾ। ਹਾਂਜੀ। ਅਤੇ ਬਾਕੀ ਹੋਰ ਤੁਹਾਡਾ ਜਿਹੜਾ ਚੱਲ ਰਿਹਾ ਹੈਗਾ ਜ਼ਿੰਦਗੀ ਦਾ ਸਫ਼ਰ ਚੱਲ ਰਿਹਾ, ਉਹਦੇ ਵਿੱਚ ਹੋਰ ਕੀ ਕੁਛ ਆਉਂਦਾ?
ਸਰ ਜ਼ਿੰਦਗੀ ਦੇ ਸਫ਼ਰ 'ਚ ਤਾਂ ਬਸ ਮਤਲਬ ਮਾਨਸਾ ਤੋਂ ਨਿਕਲ ਗਏ, ਚੰਡੀਗੜ੍ਹ ਵੱਗ ਗਏ, ਚੰਡੀਗੜ੍ਹ ਤੋਂ ਲੁਧਿਆਣੇ ਵੱਗ ਗਏ, ਮਾਨਸਾ ਫੇਰ ਆ ਗਏ, ਫਿਰ ਚੰਡੀਗੜ੍ਹ ਵੱਗ ਗਏ। ਠੀਕ ਹੈ। ਬਸ ਇੱਕ ਕਹਿੰਦੇ ਨਾ ਵੀ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਵੱਟਿਆ, ਉਹ ਚੀਜ਼ ਹੈ ਸਰ। ਅੱਛਾ ਅੱਛਾ। ਹਾਂਜੀ, ਮਤਲਬ ਮੈਂ ਘਰੇ ਕਹਿ ਕੇ ਗਿਆ, 2 ਸਾਲ ਪਹਿਲਾਂ ਦੀ ਗੱਲ ਹੋ ਗਈ ਸਰ, ਵੀ ਮੈਨੂੰ 2 ਕੁ ਦਿਨ ਲਾ ਜਾਂਦੋ ਵੀ ਮੈਂ ਚੰਡੀਗੜ੍ਹ ਦੇਖ ਕੇ ਆਜੂਗਾ ਵੀ ਕਿਵੇਂ ਦਾ। ਸਰ ਦੂਜਾ ਦਿਨ ਅੱਜ ਹੈਗਾ। ਅੱਛਾ। ਹਾਂਜੀ, ਮੁੜ ਕੇ ਆਇਆ ਨੀ? ਉਦੋਂ ਮੁੜ ਕੇ ਨੀ ਬੜੀ। ਠੀਕ ਹੈ। ਹਾਂਜੀ, ਠੀਕ ਹੈ। ਚਲੋ, ਹੁੰਦਾ ਹੀ ਹੈ, ਹਰ ਇੱਕ ਚੀਜ਼ ਦਾ ਤਕਾਜ਼ਾ ਹੁੰਦਾ, ਉਮਰ ਦਾ ਵੀ ਤਕਾਜ਼ਾ ਹੁੰਦਾ, ਹਰ ਇੱਕ ਚੀਜ਼ ਦਾ ਆਪਣਾ ਆਪਣਾ ਸੁਭਾਅ ਹੁੰਦਾ ਆਪਾਂ ਕਹਿ ਲਈਏ। ਪਰ ਫਿਰ ਵੀ ਇੱਕ ਸਿੰਗਰ ਜਿਹੜਾ ਆਰਟਿਸਟ, ਇੱਕ ਨਵਾਂ ਜਿਹੜਾ ਉੱਭਰ ਰਿਹਾ ਅੱਜ, ਕਿਉਂਕਿ ਸਾਡੇ ਕੋਲ ਨਵੇਂ ਨੇ, ਨਵੇਂ ਆਪਾਂ ਮੰਨ ਕੇ ਚੱਲਾਂਗੇ, ਜੇ 10-15 ਗੀਤ ਆ ਗਏ ਉਹਨੂੰ ਅਸੀਂ ਕੋਈ ਬਹੁਤਾ ਪੁਰਾਣਾ ਆਰਟਿਸਟ ਨਹੀਂ ਕਹਿ ਸਕਦੇ, ਜਾਂ ਬਹੁਤਾ ਪੁਰਾਣਾ ਸਿੰਗਰ ਨਹੀਂ ਕਹਿ ਸਕਦੇ। ਸੋ ਨਵਾਂ ਕਲਾਕਾਰ ਹੈ ਮੁੰਡਾ, ਪਰ ਇਹਦੇ 'ਚ ਮੈਂ ਜਜ਼ਬਾ ਦੇਖਿਆ, ਹੌਸਲਾ ਦੇਖਿਆ ਅੱਗੇ ਵਧਣ ਦਾ। ਸੋ ਇਹ ਜਿਹੜਾ ਹੌਸਲਾ ਜਜ਼ਬਾ, ਇਹ ਸਾਨੂੰ ਸੰਕੇਤ ਦਿੰਦਾ, ਆਉਣ ਵਾਲੀ ਯੂਥ ਨੂੰ ਵੀ ਸੰਕੇਤ ਦਿੰਦਾ ਵੀ ਤੁਸੀਂ ਵੱਧ ਚੜ੍ਹ ਕੇ ਕੰਮ ਕਰੋ, ਵੱਧ ਚੜ੍ਹ ਕੇ ਮਿਹਨਤ ਕਰੋ ਅਤੇ ਅੱਗੇ ਆਪਣੇ ਕੰਮ ਨੂੰ ਲੈ ਕੇ ਆਓ। ਅੱਛਾ, ਰਿਆਜ਼ ਵਗੈਰਾ ਕੋਈ ਚੱਲਦਾ? ਸਰ ਰਿਆਜ਼ ਕਦੇ ਕਦੇ ਕਰ ਲਈਦਾ, ਬਾਕੀ ਸਾਨੂੰ ਪਤਾ ਹੀ ਹੈ। ਹਾਂਜੀ, ਚਲੋ, ਰਿਆਜ਼ ਕਰਨ 'ਤੇ ਅਸੀਂ, ਰਿਆਜ਼ ਕਰਨਾ, ਰਿਆਜ਼ ਸਾਡੀ ਰੂਹ ਦੀ ਖੁਰਾਕ ਹੈ। ਹਾਂਜੀ, ਠੀਕ ਹੈ, ਰਿਆਜ਼ ਕਰਨਾ ਚਾਹੀਦਾ। ਪਰ ਜਦੋਂ ਨੂੰ ਜੇ ਆਪਾਂ ਦੇਖੀਏ ਵੀ 5 ਸਾਲ ਬੰਦੇ ਨੇ ਤਿਆਰੀ ਕੀਤੀ ਅਤੇ ਉਸ ਤੋਂ ਬਾਅਦ ਕੋਈ ਗਾਣਾ ਕਰੂਗਾ ਤਾਂ ਉਦੋਂ ਨੂੰ ਮੇਰੇ ਖਿਆਲ 'ਚ ਬਹੁਤ ਲੇਟ ਹੋ ਜਾਊਗਾ। ਬਿਲਕੁਲ ਸਰ, ਹੁੰਦੇ ਹੈਗੇ, ਮਤਲਬ ਚੰਗੀਆਂ ਆਵਾਜ਼ਾਂ ਨੇ ਵੀ ਸਰ ਬਹੁਤ ਪਏ ਨੇ। ਹਾਂ, ਬਹੁਤ ਜ਼ਿਆਦਾ। ਮਤਲਬ ਕੋਈ ਕਹਿ ਦਿੰਦਾ ਵੀ ਇਹਦੀ ਜੀ ਖਾਨ ਵਰਗੀ ਆਵਾਜ਼ ਹੈ, ਕੋਈ ਕਹਿ ਦਿੰਦਾ ਵੀ ਇਹਦੀ ਕਮਲ ਖਾਨ ਵਰਗੀ ਆਵਾਜ਼ ਹੈ, ਪਰ ਸਰ ਕਈਆਂ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਮਾਰ ਜਾਂਦੀ ਹੈ। ਠੀਕ ਹੈ, ਵੀ ਤੁਸੀਂ ਦੱਸੋ ਉਹਦੇ ਬਾਰੇ ਤੁਸੀਂ ਕੀ ਕਰਨਾ ਚਾਹੋਗੇ, ਵੀ ਹਾਂ ਜਿਨ੍ਹਾਂ ਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਮਾਰ ਜਾਂਦੀਆਂ ਨੇ। ਹਾਂ, ਸਟੂਡੀਓ ਵਾਸਤੇ ਅਸੀਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਜੀ, ਦੇਖੋ ਕਈ ਵਾਰੀ ਕੀ ਹੁੰਦੀ ਹੈ, ਕਿਸੇ ਮੁੰਡੇ ਦੀ ਆਵਾਜ਼ ਵਧੀਆ ਹੁੰਦੀ ਹੈ, ਲਿਖਣੀ ਵਧੀਆ ਹੁੰਦੀ ਹੈ, ਅਸੀਂ ਹੁਣ ਵੀ ਕਰ ਰਹੇ ਹਾਂ, ਇੱਕ ਦੋ ਮੁੰਡੇ ਉਹਨਾਂ ਨੂੰ ਵਿਦਆਊਟ ਐਨੀ ਜ਼ਿਆਦਾ ਕੋਸਟ ਤੋਂ ਬਿਨਾਂ ਅਸੀਂ ਮਤਲਬ ਕਰ ਰਹੇ ਹਾਂ ਉਹਨਾਂ ਨੂੰ, ਅਤੇ ਕਈ ਵਾਰ ਕੀ ਹੁੰਦਾ ਕਿ ਉਹਦੇ ਗਲੇ ਦਾ ਟੋਨ, ਗਲੇ ਦੀ ਬਹੁਤ ਅੱਛੀ ਹੁੰਦੀ ਹੈ। ਹਾਂਜੀ, ਬਿਲਕੁਲ, ਸਾਨੂੰ ਲੱਗਦਾ ਹੁੰਦਾ ਵੀ ਇਹ ਚੰਗੇ ਗਾਉਣ ਵਾਲਾ ਬੰਦਾ, ਇਹਦਾ ਕੋਈ ਸਾਥ ਨਹੀਂ ਦੇ ਰਿਹਾ, ਤਾਂ ਉਸ ਤਰ੍ਹਾਂ ਦੇ ਸਿੰਗਰ ਨੂੰ ਅਸੀਂ ਪ੍ਰਮੋਟ ਕਰਦੇ ਹਾਂ ਬਿਲਕੁਲ ਹੀ ਜਾਇਜ਼ ਖਰਚੇ 'ਤੇ। ਕਈ ਵਾਰ ਤਾਂ ਕੀ ਹੁੰਦਾ, ਜੇ ਬੰਦਾ ਬਿਲਕੁਲ ਹੀ ਇਸ ਤਰ੍ਹਾਂ ਕਹਿੰਦਾ ਬਿਲਕੁਲ ਹੈ ਹੀ ਨਹੀਂ, ਅਸੀਂ ਫਿਰ ਵੀ ਕੋਈ ਪ੍ਰਮੋਟਰ ਭਾਲ ਲੈਂਦੇ ਹਾਂ, ਥੋੜ੍ਹਾ ਬਹੁਤ ਕੋਈ ਜਿਹਦਾ ਕੋਈ ਸਾਡਾ ਹੈਲਪਰ ਹੁੰਦਾ ਉਹ ਭਾਲ ਲੈਂਦੇ ਹਾਂ, ਉੱਧਰੋਂ ਅਸੀਂ ਖਰਚਾ ਪਾਣੀ ਕਰ ਦਿੰਦੇ, ਬਿਲਕੁਲ ਜਾਇਜ਼ ਖਰਚੇ 'ਤੇ ਅਸੀਂ ਉਹਦਾ ਕੰਮ ਕਰਦੇ ਹਾਂ। ਬਿਲਕੁਲ ਸਰ, ਕਿਉਂਕਿ ਅੱਜ ਕੱਲ੍ਹ ਬਹੁਤ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਆਪ ਅੱਗੇ ਆਉਣਾ ਚਾਹੁੰਦੇ ਆ। ਬਿਲਕੁਲ ਸਰ, ਜਿਵੇਂ ਹੁਣ ਕਈ ਵੀਡੀਓ ਡਾਇਰੈਕਟਰ ਨੇ, ਉਹ ਕਹਿੰਦੇ ਵੀ ਅਸੀਂ ਯਾਰ ਵੀ ਵੀਡੀਓ ਮੈਂ ਕਰੂੰਗਾ ਅਤੇ ਪਲੱਸ ਇਹ 'ਚ ਇਹਦੇ ਮਿਊਜ਼ਿਕ 'ਤੇ ਵੀ ਖਰਚ ਕਰੂੰਗਾ। ਕਈ ਰਾਈਟਰ ਇੱਦਾਂ ਦੇ ਨੇ ਵੀ ਮੇਰੀ ਕਲਮ ਗਾਵੇ ਮੁੰਡਾ ਕੋਈ ਤਾਂ ਉਹਦੀ ਹੈਲਪ ਮੈਂ ਕਰੂੰਗਾ, ਹੈ ਨਾ? ਬਿਲਕੁਲ, ਇੱਦਾਂ ਕਰਦੇ ਕਰਦੇ ਰਲ ਮਿਲ ਕੇ ਕੰਮ ਹੋ ਜਾਂਦਾ ਹੁੰਦਾ ਗਾ, ਰਲ ਮਿਲ ਕੇ ਸਭ ਕੁਛ ਹੋ ਜਾਂਦਾ। ਇਸ ਕਰਕੇ ਜੇ ਕੋਈ ਤੁਹਾਡੇ 'ਚ ਕੁਆਲਿਟੀ ਹੈਗੀ ਹੈ, ਕੋਈ ਤੁਹਾਡੇ 'ਚ ਕੋਨਫੀਡੈਂਸ ਇੱਦਾਂ ਗਾਉਣ ਦਾ ਹੈਗਾ, ਸਾਨੂੰ ਜ਼ਰੂਰ ਮਿਲੋ ਆ ਕੇ ਸਟੂਡੀਓ ਦੇ ਵਿੱਚ, ਸੁਰਸਿਮਰਨ ਸਟੂਡੀਓ ਮਾਨਸਾ ਆਪਣਾ ਹੈਗਾ ਸਥਿਤ ਹੈ, ਅਤੇ ਅਸੀਂ ਬਿਲਕੁਲ ਕਰਦੇ ਹਾਂ, ਇੱਦਾਂ ਦੀ ਕੋਈ ਗੱਲ ਨਹੀਂ। ਹਾਂਜੀ ਸਰ, ਉਹੀ ਹੈ ਨਾ ਵੀ ਮਤਲਬ ਅੱਜ ਕੱਲ੍ਹ ਦਬੀਆਂ ਆਵਾਜ਼ਾਂ ਵਾਲੇ ਵੀ ਬਹੁਤ ਨੇ, ਮਤਲਬ ਉਹਨਾਂ ਦੀ ਆਵਾਜ਼ ਉਹ ਕਹਿ ਦਿੰਦੇ ਵੀ ਯਾਰ ਸਾਡਾ ਤਾਂ ਕੁਛ ਬਣਦਾ ਨਹੀਂ, ਵੀ ਛੱਡ ਪਰਾਂ ਵੀ ਅਸੀਂ ਕੰਮ ਹੀ ਕਰ ਲੈਂਦੇ ਹਾਂ, ਵੀ ਇੱਕ ਆਪਦੀ ਕਲਾ ਨੂੰ ਦਬਾ ਕੇ ਰੱਖਣ ਵਾਲਾ ਕੰਮ ਹੈਗਾ। ਹਾਂ ਬਿਲਕੁਲ, ਇਹ ਹੁੰਦਾ ਹੀ ਹੈ। ਅਤੇ ਬਾਕੀ ਮੈਨੂੰ ਲੱਗਦਾ ਵੀ ਮੇਰੇ ਕੋਲ ਸਿੱਖਣ ਆਉਂਦੇ ਸੀ, ਮੇਰੇ ਕੋਲ ਇੱਕ 70 ਸਾਲ ਦਾ ਬਜ਼ੁਰਗ ਵੀ ਸਿੱਖਣ ਆਉਂਦਾ ਸੀ, 70 ਸਾਲ ਦਾ, ਅਤੇ ਮੈਨੂੰ ਕਹਿੰਦਾ ਮੈਨੂੰ ਹਾਰਮੋਨੀਅਮ 'ਤੇ ਟਾਈਮ ਲਵਾਓ। ਚਲੋ ਮੈਂ ਟਾਈਮ ਲਵਾ ਦਿੰਦਾ ਸੀ, ਹੁਣ ਤਾਂ ਉਹ ਦੁਨੀਆਂ 'ਚ ਨਹੀਂ ਰਹੇ, ਅਤੇ ਮੈਂ ਹੈਰਾਨ ਸੀ, ਮੈਂ ਕਿਹਾ ਵੀ ਤੁਸੀਂ ਹੁਣ ਕਿਆ ਕਰਨਾ ਕੀ ਆ, ਘਰ ਤੁਹਾਡੇ ਸਭ ਕੁਛ ਠੀਕ ਠਾਕ ਹੈ, ਮਤਲਬ ਰੰਗ ਲੱਗੇ ਹੋਏ ਆ ਨਾ, ਵੀ ਤੁਸੀਂ ਕਿਉਂ ਸਿੱਖ ਰਹੇ ਹੋ, ਤੁਸੀਂ ਕਿਹੜਾ ਅੱਗੇ ਜਾਣਾ? ਕਹਿੰਦਾ ਮੈਨੂੰ ਸ਼ੌਕ ਹੈ, ਮੇਰਾ ਅੰਦਰਲਾ ਸ਼ੌਕ ਹੈ ਜਿਹੜਾ ਉਹ ਮਰ ਨਹੀਂ ਰਿਹਾ। ਕਹਿਣ ਦਾ ਭਾਵ ਜਿਹੜਾ ਗਾਇਕੀ ਦਾ ਸ਼ੌਕ ਹੈ ਨਾ, ਜਿਹੜਾ ਗਾਇਕੀ ਦਾ ਇੱਕ ਵਾਰ ਕੀੜਾ ਵੜ ਗਿਆ ਅੰਦਰ, ਗਾਉਣ ਦਾ ਇੱਕ ਵਾਰੀ ਸ਼ੌਕ ਪੈਦਾ ਹੋ ਗਿਆ, ਉਹ ਹਮੇਸ਼ਾ ਹੀ ਰਹਿੰਦਾ ਹੈ, ਜਿੰਨਾ ਚਿਰ ਉਹ ਆਪਾਂ ਨੂੰ ਪੂਰੀ ਤਰ੍ਹਾਂ ਕੱਢਦੇ ਨਹੀਂ ਬਾਹਰ, ਉਨੀ ਦੇਰ ਤੱਕ ਉਹ ਮਰਦਾ ਨਹੀਂ, ਅਤੇ ਮਰਨਾ ਵੀ ਨਹੀਂ ਚਾਹੀਦਾ, ਸਾਨੂੰ ਹਮੇਸ਼ਾ ਨੂੰ ਜ਼ਿੰਦਾਬਾਦ ਰੱਖਣਾ ਚਾਹੀਦਾ। ਅਤੇ ਬਾਕੀ ਮੰਨ ਲਓ ਹੁਣ ਤੁਸੀਂ, ਤੁਹਾਡਾ ਗੀਤ ਚੱਲਦਾ ਪੂਰਾ ਵਧੀਆ ਬਣ ਜਾਂਦਾ, ਕਿਉਂਕਿ ਬਹੁਤ ਸਟਾਰ ਸਾਡੇ ਸਟੂਡੀਓ 'ਚ ਗਏ ਨੇ, ਬਣੇ ਵੀ ਨੇ, ਮੰਨ ਲਓ ਤਕੜੇ ਸਟਾਰ ਬਣ ਗਏ, ਹੈ ਨਾ?
ਬਹੁਤ ਐ ਸਲਾਮਾਂ ਜੀਆਂ ਹੋਣ ਲੱਗ ਗਈਆਂ, ਫੀਲਿੰਗ ਜਾਊਗੀ ਮਾੜੀ ਮੋਟੀ? ਫੀਲਿੰਗ ਤਾਂ ਸਰ ਦੇਖੋ ਆਉਂਦੀ ਹੈ, ਪਰ ਆਪਾਂ ਉਹ ਚੀਜ਼ ਨਹੀਂ ਰੱਖਣੀ ਵੀ ਆਪਦਾ ਘਰ ਬਾਰ ਛੱਡ ਕੇ ਉਹ ਚੰਡੀਗੜ੍ਹ ਜਾ ਕੇ ਰਹਿਣ ਲੱਗ ਗਏ। ਐਂ ਤਾਂ ਸਾਰੇ ਕਹਿੰਦੇ ਹੁੰਦੇ ਬਾਅਦ ਚ ਵਗ ਜਾਂਦੇ ਨੇ। ਨਹੀਂ ਨਹੀਂ ਸਰ, ਆਪਣਾ ਇਹ ਚੀਜ਼ ਨਹੀਂ, ਆਪਾਂ ਹੁਣ ਵੀ ਦੇਖੋ ਮਾਨਸਾ ਚ ਬੈਠੇ ਆਂਗੇ, ਠੀਕ ਹੈ, ਤੇ ਚਲੋ ਰੱਬ ਦੀ ਮੇਰੇ ਨਾਲ ਜਿੰਨਾ ਕੁ ਹੈਗੇ ਆਂਗੇ, ਠੀਕ ਹੈ, ਆਪਦੇ ਮਾਂ ਪਿਓ ਕਰਕੇ, ਹਨਾ। ਬਾਕੀ ਸਰ ਥਿੰਕਿੰਗ ਇਹ ਚੀਜ਼ ਹੁੰਦੀ ਹੈ ਵੀ ਆਪਣੇ ਜਿਹੜੇ ਹਾਲਾਤ ਨੇ, ਹਨਾ, ਆਪਦੇ ਸ਼ਹਿਰ ਦੇ ਕਈ ਵਾਰ ਆਪਾਂ ਨੂੰ ਠੀਕ ਨਹੀਂ ਲੱਗਦੇ ਗੇ, ਕਿਉਂਕਿ ਸਰ ਕਾਫੀ ਵਾਰਦਾਤਾਂ ਹੁੰਦੀਆਂ, ਲੁੱਟ ਖੋਹਾਂ ਹੁੰਦੀਆਂ ਨੇ, ਬਿਲਕੁਲ ਹਾਂ, ਤੇ ਉਸ ਚੀਜ਼ ਤੋਂ ਬਚਣ ਵਾਲੀ ਸਿੰਗਰ ਇੱਕ ਵਾਰ ਦੂਰ ਤਾਂ ਜਾਂਦਾ ਹੀ ਹੈ, ਦੇਖੋ। ਹਾਂ, ਇਹ ਤਾਂ ਗੱਲ ਹੈਗੀ ਆ, ਬਿਲਕੁਲ ਜਾਂਦਾ ਦੂਰ। ਤੇ ਸਰ ਹੁਣ ਜਿਵੇਂ ਕਾਫੀ ਵਾਰ ਕਈਆਂ ਨਾਲ ਵੀ ਹੋਇਆ ਹੈਗਾ, ਤੁਸੀਂ ਪਿੱਛੇ ਨਿਊਜ਼ ਵੀ ਸੁਣੀ ਹੈਗੀ ਵੀ ਆਹ ਫਲਾਣੇ ਸਿੰਗਰ ਨਾਲ ਐਵੇਂ ਹੋ ਗਿਆ, ਫਲਾਣੇ ਸਿੰਗਰ ਨਾਲ ਐਵੇਂ ਹੋ ਗਿਆ, ਚਲੋ ਨਾਮ ਤਾਂ ਆਪਾਂ ਕਿਸਦਾ ਕੀ ਲੈਣਾ ਹੈਗਾ, ਬਿਲਕੁਲ, ਪਰ ਸਰ ਉਹ ਚੀਜ਼ਾਂ ਬੰਦੇ ਨੂੰ ਆਪਦੇ ਘਰ ਤੋਂ ਦੂਰ ਕਰ ਦਿੰਦੀਆਂ, ਕਰ ਦਿੰਦੇ ਨੇ ਫਿਰ ਆਲਾ, ਮਤਲਬ ਮਜਬੂਰੀ ਚ ਆਲਾ ਜਾਂਦਾ ਹੈ, ਬਿਲਕੁਲ ਮਜਬੂਰੀ ਚ ਨਹੀਂ ਕਰਦਾ ਹੈਗਾ ਜਾਨੂ ਜੀ ਕੇ। ਸਰ ਹੁਣ ਕੈਨੇਡਾ ਜਾਂਦੇ ਆ ਲੋਕ, ਕਿਸੇ ਦਾ ਜਾਨੂ ਸਰ ਜੀ ਨਹੀਂ ਕਰਦਾ ਉੱਥੇ, ਕਿਸੇ ਦਾ ਦਿਹਾੜੀ ਕਰਨ ਨੂੰ ਜੀ ਨਹੀਂ ਕਰਦਾ, ਪਰ ਸਰ ਜੋ ਆਹ ਹਾਲਾਤ ਹੋ ਰਹੇ ਨੇ ਸਰ ਤਾਂ ਭੇਜਦੇ ਨੇ ਲੋਕ। ਠੀਕ ਹੈ, ਹਾਂਜੀ ਬਿਲਕੁਲ, ਇਹ ਸਹੀ ਗੱਲ ਹੈ ਇਹਨਾਂ ਦੀ, ਕੋਈ ਚ ਦੋ ਰਾਇਆ ਨਹੀਂ, ਕਿਉਂਕਿ ਨਵੇਂ ਸਾਰੇ ਜਿਹੜੇ ਮੁੰਡੇ ਖੁੰਡੇ ਆ ਨਵੇਂ ਬਹਿੰਦੇ ਕਰਦੇ ਆ, ਗੱਲਾਂ ਕਰਦੇ ਆ, ਇਹਨਾਂ ਨੂੰ ਪਤਾ ਇਸ ਗੱਲ ਦਾ, ਜ਼ਰੂਰੀ ਨਹੀਂ ਕਿ ਆਪਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੋਵੇ, ਇਹਨਾਂ ਦੇ ਜੇ ਇਹਨਾਂ 'ਚ ਜੋ ਵਰਤ ਰਿਹਾ, ਜੋ ਬੀਤ ਰਿਹਾ, ਉਹ ਇਹ ਸਾਰੀ ਗੱਲਾਂ ਨੋਟ ਕਰਦੇ ਨੇ। ਅਤੇ ਅਸੀਂ ਅਕਸਰ ਇਹਨਾਂ ਨਾਲ ਮੀਟਿੰਗਾਂ ਵੀ ਕਰਦੇ ਰਹਿੰਦੇ ਹਾਂ ਮੁੰਡਿਆਂ ਨਾਲ, ਨਵੇਂ ਮੁੰਡਿਆਂ ਨਾਲ ਮਿਲਦੇ ਰਹਿੰਦੇ ਹਾਂ ਵੀ ਕੀ ਚੱਲ ਰਿਹਾ ਅੱਜ ਕੱਲ੍ਹ, ਕਿਸ ਤਰ੍ਹਾਂ ਕਾਲਜ ਦੇ ਵਿੱਚ, ਕਿਉਂਕਿ ਪਹਿਲਾਂ ਟਾਈਮ ਕੁਛ ਹੋਰ ਸੀ, ਅੱਜ ਵਾਲਾ ਟਾਈਮ ਕੁਛ ਹੋਰ ਹੈ। ਬਾਕੀ ਇਹ ਤਾਂ ਗੱਲ ਹੋਈ ਕਿ ਆਪਾਂ ਜੇ ਆਪਣਾ ਗੀਤ ਚੱਲ ਗਿਆ, ਤੁਸੀਂ ਕਿਹਾ ਵੀ ਅਸੀਂ ਕੋਈ ਫੀਲਿੰਗ ਨਹੀਂ ਲੈਣੀ, ਅਸੀਂ ਆਪਣੇ ਏਰੀਆ 'ਚ ਹੀ ਰਹਿਣਾ ਅਤੇ ਅਸੀਂ ਧਰਤੀ ਤੋਂ ਪੈਰ ਨਹੀਂ ਛੱਡਣੇ। ਹਾਂਜੀ, ਚਲੋ ਇੱਕ ਵਾਰੀ ਆਪਾਂ ਕਹਿੰਦੇ ਨੈਗੇਟਿਵ ਪੋਜ਼ਿਟਿਵ ਦੋਨੇ ਗੱਲਾਂ ਸੋਚਣੀਆਂ ਚਾਹੀਦੀਆਂ। ਬਿਲਕੁਲ ਬਿਲਕੁਲ, ਮੰਨ ਲਓ ਵੀ ਤੁਹਾਡਾ ਗੀਤ ਨਹੀਂ ਚੱਲਦਾ ਜਾਂ ਘੱਟ ਚੱਲਦਾ, ਬਿਲਕੁਲ ਦਬ ਕੇ ਰਹਿ ਜਾਂਦਾ, ਕੀ ਤੁਸੀਂ ਅਗਲਾ ਗੀਤ ਕਰਨ ਦੀ ਕੋਸ਼ਿਸ਼ ਕਰੋਗੇ? ਸਰ ਬਿਲਕੁਲ, ਹੁਣ ਸਰ ਕੋਸ਼ਿਸ਼ ਤਾਂ ਆਪਾਂ ਛੱਡਦੇ ਨਹੀਂ, ਚਾਹੇ ਉਹ ਅੱਜ ਆਪਣਾ ਗੀਤ ਫੇਲ ਹੋਵੇ, ਚਾਹੇ ਦੋ ਦਿਨਾਂ ਬਾਅਦ ਹੋਵੇ। ਠੀਕ ਹੈ, ਸਾਲ 'ਚ ਕਿੰਨੇ ਗੀਤ ਹੋ ਜਾਣਗੇ ਫੇਲ ਸਰ, ਕੋਈ ਤਾਂ ਮਤਲਬ ਰੱਬ ਕਦੇ ਤਾਂ ਬਾਂਹ ਫੜੂਗਾ ਨਾ ਮਿਹਨਤ ਦੇ ਕੇ। ਬਿਲਕੁਲ ਹਾਂ, ਕਿਉਂਕਿ ਕਈ ਸਿੰਗਰਸ ਦਾ ਇਹ ਹੁੰਦਾ ਹੈ ਵੀ ਯਾਰ ਉਹ ਨਮੋਸ਼ ਹੋ ਜਾਂਦੇ ਨੇ, ਉਹ ਇੱਕ ਤਰ੍ਹਾਂ ਦੇ ਸੈਡ ਹੋ ਜਾਂਦੇ ਵੀ ਅਸੀਂ ਇੰਨੇ ਗੀਤ ਕਰ ਲਏ ਯਾਰ, ਚਾਰ ਪੰਜ ਗੀਤ ਕਰ ਲਏ, ਸਾਡੇ ਗਾਣੇ ਚੱਲੇ ਨਹੀਂ, ਹੈ ਨਾ। ਤਾਂ ਮੇਰੇ ਖਿਆਲ 'ਚ ਹਿੰਮਤ ਕਰਦੇ ਰਹਿਣਾ ਚਾਹੀਦਾ, ਜੇਕਰ ਤੁਹਾਡਾ ਕੋਈ ਗੀਤ ਨਹੀਂ ਚੱਲਦਾ, ਨਹੀਂ ਚੱਲਣ ਤੋਂ ਮਤਲਬ ਆਪਾਂ ਕਹਿੰਦੇ ਕੋਈ ਪਸੰਦ ਨਹੀਂ ਕਰਦੇ, ਤਾਂ ਤੁਹਾਨੂੰ ਉਹਨੂੰ ਚੇਂਜ ਕਰਨਾ ਚਾਹੀਦਾ। ਹੋ ਸਕਦਾ ਤੁਹਾਡੀ ਵਰਡਿੰਗ 'ਚ ਪ੍ਰੋਬਲਮ ਹੋਵੇ, ਹੋ ਸਕਦਾ ਤੁਹਾਡੀ ਗਾਇਕੀ ਦੇ ਵਿੱਚ ਪ੍ਰੋਬਲਮ ਹੋਵੇ, ਹੋ ਸਕਦਾ ਤੁਸੀਂ ਗਾਇਆ ਵੀ ਵਧੀਆ ਹੋਵੇ, ਸ਼ਬਦਾਵਲੀ ਵੀ ਵਧੀਆ ਹੋਵੇ, ਪਰ ਜਿਹੜੀ ਤੁਸੀਂ ਵੀਡੀਓ ਬਣਾਉਣੀ ਉਹ 'ਚ ਕੋਈ ਕਿਤੇ ਨਾ ਕਿਤੇ ਕਮੀ ਆ ਗਈ। ਬਿਲਕੁਲ ਸਰ, ਸਰ ਅੱਜ ਕੱਲ੍ਹ ਕਹਿ ਦਿੰਦੇ ਆ ਵੀ ਮਿਊਜ਼ਿਕ 'ਚ ਦਮ ਹੋਵੇ, ਲਿਰਿਕਸ ਜਿਹੋ ਜਿਹੀ ਮਰਜ਼ੀ ਹੋਵੇ, ਵੀਡੀਓ ਜਿਹੋ ਜਿਹੀ ਮਰਜ਼ੀ ਹੋਵੇ ਚੱਲ ਜਾਂਦਾ, ਜਾਂ ਵੀਡੀਓ 'ਚ ਦਮ ਹੋਵੇ ਮਿਊਜ਼ਿਕ ਲਿਰਿਕਸ ਜੋ ਮਰਜ਼ੀ ਹੋਵੇ, ਸਰ ਸਾਰਾ ਨਾ ਮਤਲਬ ਹੁਣ ਜੇ ਆਪਾਂ ਮੁੱਠੀ ਬਣਾ ਲਈਏ ਮੁੱਕਾ ਬਣ ਜਾਊਗਾ, ਜੇ ਆਪਾਂ ਉਂਗਲ ਨਾਲ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕਰਾਂਗੇ ਨਹੀਂ ਬਣ, ਨਹੀਂ ਬਣ, ਬਿਲਕੁਲ ਇਹ ਤਾਂ ਸੱਚ ਹੈ। ਹਾਂਜੀ, ਕਿਉਂਕਿ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਚੱਲਣ ਨਾ ਉਹੀ ਜ਼ਿਆਦਾ ਚੀਜ਼ ਬੈਸਟ ਰਹਿੰਦੀ ਹੈ, ਯਾਨੀ ਕਿ ਹਰ ਇੱਕ ਚੀਜ਼ ਦਾ ਯੋਗਦਾਨ ਹੁੰਦਾ ਹੀ ਹੁੰਦਾ। ਹਾਂਜੀ, ਹੌਲੀ ਹੌਲੀ ਜਿਵੇਂ ਆਪਾਂ ਕਿਣਕਾ ਕਿਣਕਾ ਕਰਕੇ ਸਮੁੰਦਰ ਬਣਦਾ, ਤੋਕੇ ਤੋਕੇ ਨਾਲ ਸਮੁੰਦਰ ਭਰਦਾ, ਵੀ ਥੋੜ੍ਹਾ ਜਿਹਾ ਯੋਗਦਾਨ ਆਡੀਓ ਵਾਲੇ ਦਾ ਹੋ ਗਿਆ, ਲਿਖਣ ਵਾਲੇ ਦਾ ਹੋ ਗਿਆ, ਫਿਰ ਮਿਊਜ਼ਿਕ ਵੀ ਉਹਦੇ ਲੈਵਲ ਦਾ ਹੋ ਗਿਆ, ਫਿਰ ਗਾਇਕੀ ਉਹਦੇ ਲੈਵਲ ਦੀ ਹੋ ਗਈ, ਫਿਰ ਵੀਡੀਓ ਉਹਦੇ ਤਰ੍ਹਾਂ ਦੀ ਹੋ ਗਈ, ਤਾਂ ਉਹ ਚੱਲਣ ਕਣੇ ਗੀਤ ਰਹਿ ਨਹੀਂ ਸਕਦਾ। ਬਿਲਕੁਲ ਬਿਲਕੁਲ, ਪਰ ਜਿੱਥੇ ਅਸੀਂ ਕੰਪਰੋਮਾਈਜ਼ ਕਈ ਵਾਰ ਕਰ ਜਾਂਦੇ ਹਾਂ ਤਾਂ ਉੱਥੇ ਗੜਬੜ ਹੋ ਜਾਂਦੀ ਹੈ। ਸਰ ਬਿਲਕੁਲ ਕੰਪਰੋਮਾਈਜ਼, ਹੁਣ ਮੈਂ ਤੁਹਾਨੂੰ ਦੱਸ ਦਾਂ ਸਰ, ਮੇਰੇ ਜ਼ਿਆਦਾਤਰ ਆਡੀਓ ਸੌਂਗਸ ਆਏ ਨੇ। ਹੁਣ ਮੈਨੂੰ ਕਹਿ ਦਿੰਦੇ ਆ ਵੀ ਤੂੰ ਵੀਡੀਓ ਡਾਇਰੈਕਟਰ ਹੈਗਾ, ਤੂੰ ਵੀਡੀਓ ਆਪਦੀ ਕਿਉਂ ਨਹੀਂ ਕਰਦਾ ਗਾ? ਸਰ ਮੈਂ ਹੁਣ ਲੋਕਾਂ ਦੀਆਂ ਕਰ ਸਕਦਾ, ਮੇਰਾ ਨਾ ਪੋਸਟਰ ਤੇ ਮੇਰਾ ਦਿਮਾਗ ਚੱਲੇ, ਅੱਛਾ, ਨਾ ਮੇਰਾ ਵੀਡੀਓ ਤੇ ਮੇਰਾ ਦਿਮਾਗ ਚੱਲੇ, ਅੱਛਾ, ਆਪਦੀ ਤੇ, ਆਪਦੀ ਤੇ ਚੱਲਦਾ ਨਹੀਂ ਸਰ ਮੇਰਾ ਬੜਾ ਦਿਮਾਗ। ਠੀਕ ਹੈ, ਮੈਂ ਸਿੰਪਲ ਜਿਹਾ ਬਸ ਕਰਕੇ ਦੇ ਦਿੰਦਾ, ਤੇ ਫਿਰ ਲੋਕ ਕਹਿੰਦੇ ਵੀ ਤੂੰ ਇੰਨਾ ਉਹ ਵੀ ਸਾਡੀ ਵੀਡੀਓ ਇੰਨੀ ਵਧੀਆ ਕੀਤੀ, ਆਪਦੀ ਤੂੰ ਐਂ ਕੀਤੀ ਹੈ ਕਿ ਵੀ ਕੀ ਗੱਲ ਕੀ ਹੈ। ਤੇ ਮੈਂ ਉੱਥੇ ਸਰ ਇਹੀ ਚੀਜ਼ ਕਹਿੰਦਾ ਵੀ ਕਈ ਵਾਰ ਬੰਦੇ ਦਾ ਦਿਮਾਗ ਏਦਾਂ ਘੁੰਮ ਜਾਂਦਾ ਹੁੰਦਾ ਹੈਗਾ ਵੀ ਬੰਦਾ ਆਪਦੇ ਪਾਸੇ ਨਹੀਂ ਰਹਿੰਦਾ, ਵੀ ਐਂ ਲੱਗਦਾ ਵੀ ਹਾਂ ਮੈਂ ਉਹਦੀ ਚੀਜ਼ ਐਵੇਂ ਬੈਸਟ ਕਰਾਂ। ਬਿਲਕੁਲ ਬਿਲਕੁਲ, ਤੇ ਬਹੁਤ ਵਧੀਆ ਵਿਚਾਰ ਨੇ ਮੁੰਡੇ ਦੇ। ਤੇ ਬਾਕੀ ਕਿੰਨੀ ਕੁ ਉਮਰ ਹੋ ਗਈ ਹੁਣ? ਸਰ ਮੇਰੀ 21 ਸਾਲ। 21 ਸਾਲ, ਹਾਂਜੀ।
21 ਸਾਲ 21 ਸਾਲਾਂ ਦੇ ਜੱਟ ਨੂੰ ਬਾਈ ਕਹਿੰਦੇ ਹੋਣੀ। ਅੱਛਾ ਅੱਛਾ, ਚਲੋ ਵਧੀਆ ਗੱਲ ਹੈ। ਸੋ ਨਵਾਂ ਯੂਥ ਅੱਗੇ ਆਵੇ, ਚੰਗਾ ਕੁਛ ਲੈ ਕੇ ਆਵੇ, ਸਾਡੀ ਤਾਂ ਇਹੀ ਕੋਸ਼ਿਸ਼ ਹੁੰਦੀ ਹੈ, ਨਹੀਂ ਫਿਰ ਜਿਹੋ ਜਿਹਾ ਆਉਂਦਾ ਸੀ ਤਾਂ ਰਿਕਾਰਡ ਕਰਨੀ ਹੈ, ਪਰ ਕੋਸ਼ਿਸ਼ ਇਹ ਕਰੀਏ। ਹਾਂ, ਦੂਸਰੀ ਗੱਲ ਮੈਂ ਇਹ ਵੀ ਕਹਿਣਾ ਵੀ ਸਿੰਗਰ, ਅਸੀਂ ਬਹੁਤ ਸਿੰਗਰਾਂ ਨਾਲ ਮੀਟਿੰਗ ਕੀਤੀ, ਨਵੇਂ ਪੁਰਾਣੇ ਨਾਲ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ, ਹਰ ਇੱਕ ਦਾ ਇਹੀ ਇੱਕ ਜਵਾਬ ਹੁੰਦਾ ਵੀ ਚੰਗਾ ਸੁਣਨ ਵਾਲੇ ਹੋਣ ਤਾਂ ਅਸੀਂ ਚੰਗਾ ਗਾਉਣ ਲਈ ਤਿਆਰ ਹਾਂ। ਇਸ ਕਰਕੇ ਐਪਰੀਸ਼ੀਏਟ ਕਰਿਆ ਕਰੋ, ਥੋੜ੍ਹੀ ਜੈਲਸੀ ਤੋਂ ਦੂਰ ਰਹਿ ਕੇ ਅਸੀਂ ਨਵੇਂ ਸਿੰਗਰ ਨੂੰ ਪ੍ਰਮੋਟ ਕਰਨਾ, ਉਹਨੂੰ ਹੌਸਲਾ ਦੇਣਾ। ਸੋ ਮੇਰੀ ਆਦਤ ਹੈ, ਮੈਂ ਹਰ ਇੱਕ ਸਿੰਗਰ ਨੂੰ ਹੌਸਲਾ ਦਿੰਦਾ, ਮੋਟੀਵੇਟ ਕਰਦਾ, ਇੱਥੇ ਬਿਠਾ ਕੇ ਉਹਦੇ ਨਾਲ ਤੁਹਾਨੂੰ ਮਿਲਾਉਣਾ ਵੀ ਹੈ। ਇਹਦਾ ਕਾਰਨ ਇਹੀ ਹੈ ਕਿ ਨਵਾਂ ਸਿੰਗਰ ਹੈ ਜਿਹੜਾ, ਉਹ ਹਮੇਸ਼ਾ ਆਪਣੇ ਏਮ ਵੱਲ, ਆਪਣੇ ਮਕਸਦ ਵੱਲ ਪੂਰਾ ਹੁੰਮ ਹੁਮਾ ਕੇ ਜਾਵੇ, ਹੈ ਨਾ। ਅਤੇ ਹੋਰ ਕੋਈ ਗੱਲਬਾਤ? ਸਰ ਬਸ ਹੁਣ ਮੈਂ ਇੱਕ ਇਹੀ ਮਤਲਬ ਲੋਕਾਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਥੋੜ੍ਹਾ ਗਨ ਕਲਚਰ ਨੂੰ ਘਟਾਓ, ਉਹਨੂੰ ਸੁਣਨਾ ਘਟਾਓ, ਕਿਉਂਕਿ ਜੇ ਆਪਾਂ ਉਹਨੂੰ ਖੁਦ ਘਟਾਵਾਂਗੇ ਨਾ, ਮਤਲਬ ਸਿੰਗਰਸ ਤਾਂ ਹੀ ਬੰਦ ਕਰਨਗੇ। ਹੁਣ ਸਰ ਜ਼ਿਆਦਾਤਰ ਤੁਸੀਂ ਯੂਟਿਊਬ 'ਤੇ ਇਕੱਲਾ ਇਹੀ ਸਰਚ ਕਰਕੇ ਦੇਖ ਲਓ, ਨਿਊ ਪੰਜਾਬੀ ਸੌਂਗਸ, ਉੱਪਰ ਤੁਹਾਨੂੰ ਸਰ ਹੋਰ ਕੋਈ ਮਤਲਬ ਇੰਨਾ ਸੌਂਗ ਨਹੀਂ ਮਿਲਣੇ ਜਿਹੜੇ ਗਨ ਕਲਚਰ ਵਾਲੇ ਮਿਲਣਗੇ। ਕਿਸੇ 'ਚ ਹੁਣ ਨਸ਼ਿਆਂ ਦੀ ਬਥੇਰੀਆਂ ਗੱਲਾਂ ਕਰੀ ਜਾਂਦੇ, ਸਿੱਧੇ ਹੀ ਕਹੀ ਜਾਂਦੇ ਵੀ ਅਸੀਂ ਆਹ ਫੂਕਦੇ ਹਾਂ, ਅਸੀਂ ਆਹ ਫੂਕਦੇ ਹਾਂ। ਹਾਂ ਬਿਲਕੁਲ, ਚੱਲਦੇ ਹੀ ਬਹੁਤ ਨੇ ਗੀਤ ਸਰ, ਚੱਲਦੇ ਹੈਗੇ। ਹੁਣ ਪਿੱਛੇ ਜੇ ਗਾਣਾ ਆਇਆ, ਚਲੋ ਨਾਮ ਨੀ ਲੈਂਦਾ ਗਾ ਵੀ ਆਪਾਂ ਕੀ, ਹਨਾ, ਅਗਲੇ ਦਾ ਆਪਦਾ ਕੰਮ, ਆਪਣਾ ਆਪਦਾ ਕੰਮ ਹੈਗਾ, ਤੇ ਉਹ ਗਾਣਾ ਸਰ ਟ੍ਰੈਂਡਿੰਗ 'ਚ ਜੀਂਦਾ ਹੈਗਾ। ਅੱਛਾ, ਨਾਲੇ ਤੁਸੀਂ ਉਸ 'ਚ ਕੋਈ ਇੱਕ ਵਰਡਿੰਗ ਇੱਦਾਂ ਦੀ ਦਿਖਾ ਦਿਓ ਵੀ ਉਹਨਾਂ ਨੇ ਸਹੀ ਕਹੀ ਹੋਵੇ, ਸਾਰਾ ਮਤਲਬ ਮਾਲ ਫੂਕਤਾ, ਭੰਗ ਖਾ ਲਈ, ਇਹ ਮਤਲਬ ਫੀਮ ਖਾ ਲਈ, ਸਿਰਫ ਇਹੀ ਚੀਜ਼ ਹੈ ਸਰ, ਹੋਰ ਕੁਛ ਵੀ ਨਹੀਂ। ਠੀਕ ਹੈ, ਸੋ ਇਹੀ ਗੱਲ ਕਰਦੇ ਹਾਂ ਕਿ ਥੋੜ੍ਹਾ ਜਿਹਾ ਸਾਨੂੰ ਮਤਲਬ ਬਦਲਣਾ ਪਊਗਾ ਆਪਣੇ ਆਪ ਨੂੰ। ਬਾਕੀ ਚਲੋ ਕਰਨਾ ਨਾ ਕਰਨਾ, ਇਹ ਤਾਂ ਕਰਨਾ ਬਿਜ਼ਨਸ ਤੌਰ 'ਤੇ ਕਰਨਾ ਪੈਂਦਾ। ਜੇ ਇੱਕ ਸਿੰਗਰ ਹੈ, ਕਿਸੇ ਨਾਲ ਬਾਉਂਡ ਹੈ, ਜਿਵੇਂ ਸਾਡੇ ਇੱਕ ਸਿੰਗਰ ਸੀਗੇ, ਉਹ ਕਿਸੇ ਕੰਪਨੀ ਨਾਲ ਬਾਉਂਡ ਨੇ, ਉਹ ਜੋ ਵੀ ਕਹਿੰਦੇ ਉਹਨੂੰ ਕਰਨਾ ਪੈਂਦਾ। ਹਾਲਾਂਕਿ ਉਹ ਗਾ ਕੇ ਰਾਜੀ ਨਹੀਂ ਇੱਦਾਂ ਦੇ, ਉਹ ਕਹਿੰਦਾ ਵੀ ਮੈਂ ਚੰਗਾ ਹੀ ਗਾਉਣਾ, ਪਰ ਉਹਨੂੰ ਕਹਿੰਦੇ ਵੀ ਨਹੀਂ ਤੂੰ ਪੈਗ ਸ਼ੈਗ ਵਾਲਾ ਜਾਂ ਕੋਈ ਇੱਦਾਂ ਦਾ ਗੀਤ ਗਾ, ਉਹ ਤੈਨੂੰ ਗਾਉਣਾ ਪਊਗਾ, ਕਿਉਂਕਿ ਬਾਉਂਡ ਹੈ ਸਾਡੇ ਨਾਲ, ਤੂੰ ਜਿਵੇਂ ਤੇਰੇ ਨਾਲ ਐਗਰੀਮੈਂਟ ਹੋਇਆ ਉਵੇਂ ਕਰਨਾ ਪਊਗਾ। ਪਰ ਫਿਰ ਵੀ ਅਸੀਂ ਆਪਣੇ ਅੰਦਰੋਂ ਕੋਸ਼ਿਸ਼ ਕਰੀਏ ਕਿ ਹੌਲੀ ਹੌਲੀ ਅਸੀਂ ਚੰਗੇ ਗੀਤ ਲੈ ਕੇ ਆਈਏ, ਅਤੇ ਮਾੜੇ ਗੀਤ ਤਾਂ ਫਿਰ ਤੁਹਾਨੂੰ ਪਤਾ ਹੀ, ਉਹਦੀ ਲਾਈਫ ਬਹੁਤ ਘੱਟ ਹੁੰਦੀ ਹੈ, ਇਹ ਮੈਂ ਨੋਟ ਕੀਤਾ, ਮਾੜੇ ਗੀਤਾਂ ਦੀ ਲਾਈਫ ਬਹੁਤ ਘੱਟ ਹੁੰਦੀ ਹੈ। ਸਰ ਮਾੜੇ ਗੀਤਾਂ ਦੀ ਲਾਈਫ ਘੱਟ ਤਾਂ ਹੁੰਦੀ ਹੈ, ਪਰ ਜਿਹਨੇ ਕਿੱਥੋਂ ਜੇ ਸ਼ੁਰਲੀ ਛੇੜਤੀ ਵੀ ਹਾਂ ਆਪਾਂ ਇਹ ਚਲਾਉਣਾ, ਹੁਣ ਉਹ ਸਾਗਰ ਦੀ ਵੋਟੀ ਸੀ ਸਰ, ਉਹ ਫਿਰ ਚੱਲ ਪਿਆ ਗਾਣਾ। ਹਾਂ, ਉਹ ਰੀਲਸ ਹੁਣ ਟ੍ਰੈਂਡਿੰਗ 'ਚ ਹੈ ਸਰ, ਬਿਲਕੁਲ। ਉਹ ਬੰਦੇ ਨੇ ਸਰ, ਕਿਸੇ ਨੇ ਉਹ ਬੰਦੇ ਦਾ ਫੇਸ ਨਹੀਂ ਦੇਖਿਆ ਸੀਗਾ, ਉਹ ਬੰਦੇ ਨੂੰ ਜਾਣਦਾ ਵੀ ਕੋਈ ਨਹੀਂ ਸੀ ਸਰ, ਅੱਜ ਦੇ ਟਾਈਮ 'ਚ ਸਾਰੇ ਭੁੱਲ ਗਏ ਸੀ। ਹੁਣ ਸਰ ਤੁਸੀਂ ਪੁਰਾਣੇ, ਹਨਾ, ਸੁਣਦੇ ਵੀ ਆ ਰਹੇ ਹੋਗੇ ਪੁਰਾਣੇ ਤੌਰ 'ਤੇ, ਮਿਊਜ਼ਿਕ 'ਚ ਕਾਫੀ ਟਾਈਮ ਤੋਂ ਹੈਗੇ ਹੋਗੇ, ਤੁਸੀਂ ਉਹ ਸਰ ਬੰਦੇ ਦਾ ਨਾਮ ਸੁਣਿਆ ਵੀ ਹੋਊਗਾ। ਤੇ ਸਰ ਮਤਲਬ ਜੇ ਮੈਂ ਆਪਦੀ ਗੱਲ 'ਤੇ ਹੀ ਲੈ ਕੇ ਚੱਲਾਂ, ਮੈਂ ਆਪਦੇ 'ਤੇ ਹੀ ਗੱਲ ਲੈ ਕੇ ਚੱਲਾਂ, ਮੈਂ ਅੱਜ ਦੇ ਟਾਈਮ 'ਚ ਬੰਦੇ ਦਾ ਨਾਮ ਨਹੀਂ ਸੁਣਿਆ ਸੀ। ਵੈਸੇ ਮੈਂ ਵੀ ਨਹੀਂ ਸੁਣਿਆ ਸੀ ਪਹਿਲਾਂ। ਅੱਛਾ ਜੀ, ਮੈਂ ਵੀ ਹੁਣ ਉਸ ਤੋਂ ਬਾਅਦ ਹੀ ਸੁਣਿਆ। ਤੇ ਸਰ ਉਹ ਫੇਸਬੁੱਕ 'ਤੇ ਬੰਦੇ ਨੇ ਲਾਈਵ ਹੋ ਕੇ ਸਭ ਦਾ ਧੰਨਵਾਦ ਕੀਤਾ, ਬਿਲਕੁਲ, ਵੀ ਤੁਸੀਂ ਮੇਰਾ ਗੀਤ ਅੱਗੇ ਲਿਆਤਾ। ਸਰ ਅੱਜ ਦੇ ਟਾਈਮ 'ਚ ਵੀ ਉਹ ਬੰਦਾ ਸ਼ੋਅ ਲੈ ਰਿਹਾ ਹੈਗਾ। ਜਾਂ ਮੈਂ ਜੇ ਇੱਕ ਥੋੜ੍ਹੀ ਗੱਲ ਇੱਥੇ ਹੋਰ ਕਹਿਦਾ, ਐਡ ਕਰਦਾ ਆਪਣੀ ਗੱਲ ਦੇ ਵਿੱਚ। ਹਾਂਜੀ, ਮੰਨ ਲਓ ਜੇ ਆਪਾਂ ਨੂੰ ਪਤਾ ਹੈ ਵੀ ਆਪਣੇ ਗਨ ਕਲਚਰ ਵਾਲੇ ਗੀਤ ਚੱਲਦੇ ਨੇ, ਮੰਨ ਲਓ ਇੱਕ ਅੱਧਾ ਗੀਤ ਤੁਹਾਡਾ ਚੱਲ ਗਿਆ, ਜਿਹਦਾ ਵੀ ਚੱਲ ਗਿਆ, ਜੇਕਰ ਉਹਨੇ ਪਹਿਚਾਣ ਬਣਾ ਲਈ, ਹਾਂ, ਇਹਨੂੰ ਪਹਿਚਾਣ ਬਣਾਉਣ ਵਾਸਤੇ ਰੱਖ ਲਓ ਕਿ ਅਸੀਂ ਪਹਿਚਾਣ ਬਣਾਉਣੀ ਹੈ ਇਸ ਗੀਤ ਦੇ ਜ਼ਰੀਏ। ਹਾਂਜੀ, ਜੇ ਤੁਹਾਡੀ ਪਹਿਚਾਣ ਬਣਾਉਣੀ ਹੈ ਤਾਂ ਉਦੋਂ ਬਾਅਦ ਕੋਸ਼ਿਸ਼ ਕਰੋ ਵੀ ਹੁਣ ਮੈਨੂੰ ਲੋਕ ਜਾਣਨ ਲੱਗ ਗਏ, ਮੈਂ ਹੁਣ ਚੰਗਾ ਹੀ ਗਾਉਣਾ। ਬਿਲਕੁਲ ਬਿਲਕੁਲ, ਹੈ ਨਾ। ਹਾਂਜੀ, ਇਹ ਹੋ ਸਕਦਾ ਨਾ, ਬਿਲਕੁਲ, ਕਿਉਂਕਿ ਚਲੋ ਅਸੀਂ ਇਸ ਮਜਬੂਰੀ ਦੇ ਅਧੀਨ ਆ ਚੁੱਕੇ ਹਾਂ, ਅਸੀਂ ਸਾਰੇ ਪੂਰੇ ਵਰਲਡ ਨੂੰ ਤਾਂ ਸਮਝਾ ਨਹੀਂ ਸਕਦੇ ਜਾਂ ਪੂਰੇ ਪੰਜਾਬ ਨੂੰ ਸਮਝਾ ਨਹੀਂ ਸਕਦੇ, ਅਤੇ ਲੋਕ ਨਹੀਂ ਹਟਦੇ। ਜੇ ਅਸੀਂ ਜਵਾਬ ਦੇਵਾਂਗੇ, ਮੰਨ ਲਓ ਸਾਡੇ ਕੋਲ ਇੱਕ ਬੰਦਾ ਕੋਈ ਆਇਆ ਸੀ, ਉਹ ਕਹਿੰਦਾ ਮੇਰਾ ਤੁਸੀਂ ਗਾਣਾ ਕਰੋ, ਮੈਂ ਉਹ ਗਾਣੇ ਇੰਨਾ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਭੈੜਾ ਜਿਹਾ ਗਾਣਾ ਸੀਗਾ, ਬਿਲਕੁਲ, ਉਹਨੂੰ ਅਸੀਂ ਆਪਣੇ ਪਰਿਵਾਰ 'ਚ ਬਹਿ ਕੇ ਸੁਣ ਨਹੀਂ ਸਕਦੇ। ਉਹ ਕਹਿੰਦਾ ਪੈਸੇ ਜਿੰਨੀ ਮਰਜ਼ੀ ਲੈ ਲਓ, ਮੇਰਾ ਗਾਣਾ ਕਰੋ। ਮੈਂ ਕਿਹਾ ਅਸੀਂ ਕਰ ਨਹੀਂ ਸਕਦੇ, ਅਤੇ ਚਲੋ ਮੈਂ ਉਹ ਮੋੜ ਦਾ ਜਵਾਬ ਦੇ ਤਾ, ਤਾਂ ਕਿਸੇ ਨੇ ਹੋਰ ਸਟੂਡੀਓ ਤੋਂ ਜਾ ਕੇ ਉਹਨੇ ਕੰਮ ਕਰਵਾ ਲਿਆ, ਕਿਸੇ ਹੋਰ ਸਟੂਡੀਓ ਵਾਲੇ ਨੇ ਕੰਮ ਕਰਤਾ, ਗਾਣਾ ਤਾਂ ਮਾਰਕੀਟ 'ਚ ਆ ਹੀ ਗਿਆ ਨਾ, ਮੈਂ ਤਾਂ ਜ਼ਰੂਰ ਕਰ ਦੂਗਾ, ਬਿਲਕੁਲ। ਇਸ ਕਰਕੇ ਆਪਾਂ ਰੋਕ ਤਾਂ ਸਕਦੇ ਨਹੀਂ, ਪਰ ਮੈਨੂੰ ਇਹ ਲੱਗਦਾ ਵੀ ਚਲੋ ਜੇ ਤੁਸੀਂ ਕਰਨਾ ਵੀ ਹੈ, ਮਤਲਬ ਇੱਦਾਂ ਦੇ ਗੀਤ ਕਰਨੇ ਵੀ ਨੇ, ਤਾਂ ਸਿਰਫ ਇਹਨੂੰ ਇਸ ਇੱਥੇ ਤੱਕ ਸੀਮਤ ਰੱਖੋ ਵੀ ਅਸੀਂ ਇੱਕ ਵਾਰ ਆਪਣੀ ਪਹਿਚਾਣ ਬਣਾਉਣੀ ਹੈ,
ਪਹਿਚਾਣ ਬਣਾਉਣ ਤੋਂ ਬਾਅਦ ਅਸੀਂ ਸਾਡਾ ਏਮ ਉਹੀ ਹੋਣਾ ਚਾਹੀਦਾ ਵੀ ਅਸੀਂ ਚੰਗਿਆਈ ਵਾਲੇ ਪਾਸੇ ਵੱਲ ਅਸੀਂ ਗਾਇਕੀ ਲੱਗੇ। ਬਿਲਕੁਲ ਬਿਲਕੁਲ। ਹਾਂਜੀ ਸਰ, ਮਤਲਬ ਨਾ ਪਿੱਛੇ ਜੇ ਦੋ ਗਾਣੇ ਮੁੰਡੇ ਦੇ ਰਿਲੀਜ਼ ਹੋਏ, ਦੋਨੋਂ ਟ੍ਰੈਂਡਿੰਗ 'ਚ ਸਰ, ਵਧੀਆ ਮਤਲਬ ਉਹਨੂੰ ਬਜਟ ਵਗੈਰਾ ਮਿਲੇ ਕੰਪਨੀ ਤੋਂ। ਤੇ ਸਰ ਉਸ ਤੋਂ ਬਾਅਦ ਉਹ ਕਹਿੰਦਾ ਹੁਣ ਮੇਰੀ ਪਹਿਚਾਣ ਬਣ ਗਈ। ਉਹੀ ਤੁਹਾਡੇ ਵਾਲੀ ਗੱਲ ਦੇਖੋ ਵੀ ਹੁਣ ਕਹਿੰਦਾ ਮੇਰੀ ਪਹਿਚਾਣ ਬਣ ਗਈ, ਹੁਣ ਮੈਂ ਵਧੀਆ ਗੀਤ ਗਾਉਣੇ ਆ। ਸਰ ਉਹਨੇ 4 ਲਗਾਤਾਰ ਗੀਤ ਵਧੀਆ ਗਾਏ, ਕੋਈ ਨੀ ਮਤਲਬ ਵਧੀਆ ਬਜਟ ਤੇ ਸਰ, ਵਧੀਆ ਵੀਡੀਓ ਕੀਤੀ, ਵਧੀਆ ਮਿਊਜ਼ਿਕ ਕਰਵਾਇਆ, ਦੇਸੀ ਗੁਰੂ ਤੋਂ ਸਰ ਉਹਦਾ ਮਿਊਜ਼ਿਕ ਹੋਇਆ। ਤੇ ਉਸ ਤੋਂ ਬਾਅਦ ਸਰ ਵੀਡੀਓ ਕੀਤੀ ਉਹਨੇ, ਮਤਲਬ ਪੂਰਾ ਓਕੇ ਸੀ ਕੰਮ। ਤੇ ਉਹਨੇ ਮਤਲਬ ਮੇਰੇ ਵੱਡੇ ਭਰਾ ਨੂੰ ਫੋਨ ਲਾਇਆ, ਕਹਿੰਦਾ ਵੀ ਜਸ਼ ਐਂ ਕਰਕੇ ਨਾ ਆਪਣਾ ਗਾਣਾ ਨਹੀਂ ਚੱਲਦਾ ਪਿਆ। ਕਹਿੰਦਾ ਯਾਰ ਪਤਾ ਨਹੀਂ ਕੀ ਚੱਕਰ ਹੋ ਗਿਆ। ਤੇ ਕਹਿੰਦਾ ਕਹਿੰਦਾ ਵੀਰੇ ਵੀ ਆਪਾਂ ਬਹਿ ਕੇ ਗੱਲ ਕਰਦੇ। ਸਰ ਉਹ ਬੰਦਾ ਮਤਲਬ ਐਡਾ ਸਟਾਰ ਹੋ ਕੇ ਆਪਣੇ ਘਰੇ ਆਇਆ ਤੇ ਉਹ ਐਡਾ ਕੁ ਮੂੰਹ ਲੈ ਕੇ ਆਇਆ ਵੀ ਪਤਾ ਨੀ ਆਪਣੇ ਗਾਣਿਆਂ ਨੂੰ ਕੀ ਹੋਇਆ ਵੀ ਮੇਰਾ ਤਾਂ ਜਮੀ ਭੱਠਾ ਬੈਠ ਗਿਆ। ਤੇ ਫਿਰ ਸਰ ਉਹਦੇ ਗਾਣਿਆਂ ਚੋਂ ਸਿਲੈਕਟ ਕੀਤਾ ਸੀ ਗਾਣਾ ਇੱਕ ਡੁਏਟ। ਅੱਛਾ। ਡੁਏਟ ਗਾਣਾ ਸਿਲੈਕਟ ਕਰਕੇ ਸਰ ਮਤਲਬ ਮੇਰਾ ਵੱਡਾ ਭਰਾ ਤੇ ਸਿੰਗਰ, ਨਾਮ ਨੀ ਚਲੋ ਲੈਂਦੇ ਹਨਾ, ਗੱਲ ਹੋਰ ਹੋ ਜਾਂਦੀ ਹੈ, ਤੇ ਲੁਧਿਆਣੇ ਗਏ ਮਾਮੇ ਹੋਰਾਂ ਕੋਲ। ਸਰ ਉੱਥੇ ਪ੍ਰਮੋਸ਼ਨ ਵਧੀਆ ਹੋਈ ਤੇ ਚਲੋ ਮਾਮੇ ਹੋਰਾਂ ਨੇ ਬਹੁਤ ਸਪੋਰਟ ਕੀਤੀ, ਸ਼ੋਅ ਵੀ ਦਿੱਤੇ ਸਰ ਉਹਨੂੰ ਦੋ। ਤੇ ਸਰ ਉੱਥੇ ਵਧੀਆ ਚੱਲ ਪਿਆ ਗਾਣਾ ਐਲ ਸੀ, ਮਤਲਬ ਉਹੀ ਗੱਲ ਹੈ ਨਾ ਸਰ, ਖੜਕੇ ਦੜਕੇ ਵਾਲਾ ਬਹੁਤ ਚੱਲਦਾ ਚੱਲਦਾ। ਚਲੋ ਆਪਾਂ ਸਾਰੀ ਤੇ ਕਨਫਿਊਜ਼ ਹੋਏ ਹੋਏ ਹਾਂ, ਅਤੇ ਪਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵੀ ਇਹਦਾ ਰਾਜ ਕੀ, ਇਹਦਾ ਹੱਲ ਹੋ ਸਕਦਾ ਇਸ ਡਿਬੇਟ ਦਾ ਜਾਂ ਇਸ ਇਹ ਪ੍ਰੋਬਲਮ ਦਾ ਹੱਲ ਕੀ ਹੋ ਸਕਦਾ। ਮੁੰਡੇ ਚੰਗਾ ਗਾਉਣਾ ਚਾਹੁੰਦੇ ਨੇ, ਮੇਰਾ ਅੱਜ ਪੋਡਕਾਸਟ ਕਰਨ ਦਾ ਮਤਲਬ ਇਹੀ ਸੀ ਤੁਹਾਡੇ ਨਾਲ, ਕਿਉਂਕਿ ਇਹ ਜੋ ਗੱਲਾਂ ਕਰ ਰਿਹਾ ਸੀ ਪਿਊਸ਼ ਜੋ ਗੱਲਾਂ ਕਰ ਰਿਹਾ ਸੀਗਾ, ਅਤੇ ਅਸੀਂ ਉਹ ਨੋਟ ਕੀਤੀਆਂ, ਅਤੇ ਉਹਦਾ ਮਤਲਬ ਇਹੀ ਸੀਗਾ ਕਿ ਅੱਜ ਦਾ ਯੰਗ ਇਹ ਕੰਮ ਕਰਨਾ ਚਾਹੁੰਦਾ, ਉਹ ਚਾਹੁੰਦਾ ਕਿ ਮੈਂ ਚੰਗਾ ਮਾੜਾ ਨਾ ਗਾਵਾਂ ਮੈਂ ਚੰਗਾ ਗਾਵਾਂ, ਪਰ ਉਹਨੂੰ ਉਸ ਚੀਜ਼ ਨਾਲ ਉਪਲਬਧੀ ਨਹੀਂ ਮਿਲਦੀ, ਉਸ ਚੀਜ਼ ਨਾਲ ਸਪੋਰਟ ਨਹੀਂ ਮਿਲਦੀ, ਤਾਂ ਉਹ ਕੀ ਕਰੇ, ਇਹਦਾ ਸਾਨੂੰ ਸੁਝਾਅ ਤੁਸੀਂ ਜ਼ਰੂਰ ਦਿਓ ਕਮੈਂਟ ਦੇ ਵਿੱਚ। ਤੁਹਾਡੇ ਲਈ ਅਸੀਂ ਇੱਕ ਕੁਐਸਚਨ ਰੱਖਦੇ ਹਾਂ, ਜ਼ਰੂਰ ਤੁਸੀਂ ਇਸ ਚੀਜ਼ ਨੂੰ ਗੌਰ ਕਰਿਓ ਇਸ ਚੀਜ਼ 'ਤੇ, ਅਤੇ ਬਾਕੀ ਜੁੜੇ ਰਹੋ ਸਾਡੇ ਸਟੂਡੀਓ ਦੇ ਨਾਲ, ਸੁਰਸਿਮਨ ਸਟੂਡੀਓ ਦੇ ਨਾਲ। ਬੀਟ ਕਰੂਜ਼ਰ ਦੇ ਮਿਊਜ਼ਿਕ ਪਲੇਟਫਾਰਮ ਤੋਂ ਅਸੀਂ ਤੁਹਾਡੇ ਨਾਲ ਪੋਡਕਾਸਟ ਲੈ ਕੇ ਆਉਂਦੇ ਹਾਂ, ਤਕਰੀਬਨ ਜਦੋਂ ਵੀ ਕੋਈ ਸਾਨੂੰ ਲੱਗਦਾ ਕਿ ਸਿੰਗਰ ਅੱਗੇ ਵਧਣ ਵਾਲਾ ਜਾਂ ਕੋਈ ਖਾਸ ਗੱਲ ਹੈਗੀ, ਅਸੀਂ ਉਹਦੇ ਨਾਲ ਤੁਹਾਨੂੰ ਜ਼ਰੂਰ ਰੂਬਰੂ ਕਰਾਉਂਦੇ ਹਾਂ। ਅਤੇ ਬਾਕੀ ਹੁਣ ਲਈ ਆਪਾਂ ਵਿਦਾਈ। ਹਾਂਜੀ ਹਾਂਜੀ ਸਰ, ਠੀਕ ਹੈ ਜੀ, ਬਾਕੀ ਮਿਲਦੇ ਹਾਂ ਇੱਕ ਨਵੇਂ ਆਰਟਿਸਟ ਦੇ ਨਾਲ, ਉੱਭਰ ਰਹੇ ਸਿਤਾਰੇ ਦੇ ਨਾਲ, ਅਤੇ ਇਹਨਾਂ ਦਾ ਗੀਤ ਸੋਲਮੇਟ ਆ ਰਿਹਾ, ਉਹਨੂੰ ਤੁਸੀਂ ਜ਼ਰੂਰ ਸੁਣਨਾ ਹੈ ਪਿਊਸ਼ ਦਾ, ਅਤੇ ਬਾਕੀ ਗਾਉਂਦੇ ਵੀ ਹੈਗੇ ਨੇ, ਅਤੇ ਜੇ ਕੋਈ ਵੀਡੀਓ ਦਾ ਤੁਸੀਂ ਵਰਕ ਕਰਵਾਉਣਾ ਹੋਵੇ ਤਾਂ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਲਿਓ, ਅਤੇ ਜਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਅਸੀਂ ਤੁਹਾਨੂੰ ਇਹਨਾਂ ਦਾ ਕੰਮ ਜਿਹੜਾ ਉਹ ਦਵਾ ਸਕਦੇ ਹਾਂ ਵੀਡੀਓ ਦਾ। ਠੀਕ ਹੈ ਜੀ, ਮਿਲਦੇ ਹਾਂ ਅੱਗੇ। ਠੀਕ ਹੈ ਜੀ, ਸਾਰਿਆਂ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ।